ਜਸਟ ਵੀ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਬਲਵੰਤ ਸਿੰਘ ਰਾਜੋਆਣਾ ਕੇਂਦਰੀ ਚੇਅਰ ਪਟਿਆਲਾ ਦੇ ਵਿੱਚ ਸਜ਼ਾ ਯਾਫਤਾ ਨੇ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ। ਅਤੇ ਰਾਜੋਆਣਾ 'ਤੇ ਰਾਜਨੀਤੀ ਅਲੱਗ ਤਰ੍ਹਾਂ ਦੀ ਹਮੇਸ਼ਾ ਹੁੰਦੀ ਰਹੀ ਹੈ ਅਤੇ ਹੁਣ ਜਿਹੜੀ ਰਾਜਨੀਤੀ ਹੋ ਰਹੀ ਹੈ ਉਸ ਦੇ ਵਿਚਾਲੇ ਖਬਰ ਇਹ ਹੈਗੀ ਹੈ ਕਿ ਰਾਜੋਆਣਾ ਨੇ ਕਿਹਾ ਕਿ ਮੇਰਾ ਕੇਸ ਜਿਹੜਾ ਲਟਕਾਇਆ ਕਿਉਂ ਹੋਇਆ। 6 ਸਾਲ ਤੋਂ ਇਹ ਕੇਸ ਆ ਜਿਹੜਾ ਉਹ ਪੈਂਡਿੰਗ ਹੈਗਾ ਗ੍ਰਹਿ ਮੰਤਰੀ ਦੇ ਕੋਲ। ਅਤੇ ਸਵਾਲ ਇਹ ਹੈਗਾ ਕਿ 22.5 ਸਾਲ ਤੋਂ ਜੇਲ੍ਹ ਵਿੱਚ ਬੰਦ ਰਾਜੋਆਣਾ ਹੁਣ ਭੁੱਖ ਹੜਤਾਲ ਸ਼ੁਰੂ ਕਰ ਚੁੱਕਿਆ ਅਤੇ ਇਸ ਦੇ ਵਿਚਾਲੇ ਸਵਾਲ ਇਹ ਹੈ ਕਿ ਰਾਜੋਆਣਾ 'ਤੇ ਹੁਣ ਕੀ ਕਰੇਗੀ ਰਾਜਨੀਤੀ। 5 ਸਾਲਾਂ ਤੋਂ ਗ੍ਰਹਿ ਮੰਤਰਾਲੇ ਕੋਲ ਰਾਸ਼ਟਰਪਤੀ ਕੋਲ ਵਿਚਾਰ ਨਹੀਂ ਰਿਹਾ, ਉਹਨਾਂ ਨੇ ਇਸ 'ਤੇ ਫੈਸਲਾ ਲੈਣਾ ਚਾਹੀਦਾ। ਅੱਜ ਬਹਿਸ ਕਿਉਂ ਕਰ ਰਹੇ ਹਾਂ? ਬਹਿਸ ਇਸੇ ਕਰਕੇ ਕਰ ਰਿਹਾ ਟੂ ਦਾ ਪੁਆਇੰਟ ਵਿੱਚ ਕਿ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਸਿਆਸਤ ਹੋ ਰਹੀ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਸ਼ੁਁਰੂ ਕਰ ਦਿੱਤੀ ਹੈ। 6 ਸਾਲ ਤੋਂ ਗ੍ਰਹਿ ਮੰਤਰਾਲੇ ਕੋਲ ਮੇਰੀ ਅਰਜ਼ੀ ਹੈ, ਫੈਸਲਾ ਕਿਉਂ ਨਹੀਂ? ਇਹ ਰਾਜੋਆਣਾ ਨੇ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ। ਫਾਂਸੀ ਸਜ਼ਾ ਮਾਮਲੇ 'ਚ SCPC ਵੱਲੋਂ ਪੈਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਆ। ਬੇਅੰਤ ਸਿੰਘ ਕਤਲ ਮਾਮਲੇ 'ਚ ਸਜ਼ਾ ਯਾਫਤਾ 22 ਸਾਲ ਤੋਂ ਨਜ਼ਰਬੰਦ ਹੈ ਬਲਵੰਤ ਸਿੰਘ ਰਾਜੋਆਣਾ ਜੇਲ੍ਹ ਦੇ ਵਿੱਚ। ਰਾਜੋਆਣਾ ਦੀ ਭੁੱਖ ਹੜਤਾਲ ਤੋਂ ਬਾਅਦ ਸਿਆਸਤ ਭਾਕੀ ਹੈ। ਰਾਜੋਆਣਾ ਨੂੰ SCPC ਦਾ ਵਫ਼ਦ ਮਿਲਿਆ 18 ਜੁਲਾਈ ਨੂੰ। ਕੇਂਦਰੀ ਗ੍ਰਹਿ ਮੰਤਰੀ ਅੱਗੇ ਮੁੱਦਾ ਚੁੱਕਣ ਦਾ SCPC ਨੇ ਭਰੋਸਾ ਦਿੱਤਾ। ਅਤੇ ਸਵਾਲ ਇਸ ਮਹੱਤਵਪੂਰਨ ਬਹਿਸ ਦੇ ਵਿੱਚ ਕੋਈ ਪੁੱਛਾਂਗੇ, ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਨੇ ਸਿਆਸਤ ਅੱਗੇ ਕਿਹੜਾ ਸਵਾਲ ਖੜਾ ਕੀਤਾ? ਇਸ ਸਵਾਲ 'ਤੇ ਚਰਚਾ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ। ਕੁਸ਼ਲਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ, ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਤੋਂ ਨੇ, ਅਰਵਿੰਦ ਮਿੱਤਲ ਭਾਰਤੀ ਜਨਤਾ ਪਾਰਟੀ ਤੋਂ ਆ, ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਆ, ਸਾਰੇ ਮੈਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਅਤੇ ਜਗਮੋਹਨ ਸਿੰਘ ਪਾਟੀ ਸੀਨੀਅਰ ਵਕੀਲ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਸਾਰੇ ਮੈਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਚਰਨਜੀਤ ਸਿੰਘ ਬਰਾੜ ਤੁਹਾਨੂੰ ਪੁੱਛਣਾ ਚਾਹੂੰਗਾ। ਚਰਨਜੀਤ ਸਿੰਘ ਬਰਾੜ, ਤੁਸੀਂ ਮਾਮਲੇ ਦੀ ਸਹੀ ਤਰ੍ਹਾਂ ਪੈਰਵਾਈ ਨਹੀਂ ਕਰ ਸਕੇ। ਦੇਖੋ, ਇੱਕ ਗੱਲ ਹੈ ਕਿ ਜਦੋਂ ਇਹਨਾਂ ਨੂੰ ਸਜ਼ਾ ਹੋਈ ਹੈ ਅਤੇ ਰਾਜੋਆਣਾ ਸਾਹਿਬ ਨੇ ਤਾਂ ਆਪ ਅਪੀਲ ਵੀ ਨਹੀਂ ਕੀਤੀ। ਕੁਦਰਤੀ ਐਸਾ ਸਾਡੀ ਸਰਕਾਰ ਸੀ ਅਤੇ ਮਾਹੌਲ ਬਣਿਆ, ਸਾਰੀਆਂ ਪੰਥਕ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਇੱਕ ਸਮਝ ਲਓ ਉੱਥੇ ਅਪੀਲ ਜਿਹੜੀ ਹੈ ਉਹ ਪਹੁੰਚਦੀ ਕੀਤੀ ਕਿ ਇਹਨਾਂ ਨੂੰ ਜੇ ਫਾਂਸੀ ਦੀ ਸਜ਼ਾ ਨੂੰ ਤਬਦੀਲ ਕੀ ਕਰ ਦਿੱਤਾ ਜਾਵੇ ਤਾਂ ਉਹ ਬਿਹਤਰ ਹੋਊਗਾ। ਤਾਂ ਇਹਦੇ 'ਚ ਕੋਈ ਦੋ ਰੋਇਆ ਨਹੀਂ, ਹਾਲੇ ਤੱਕ ਉਹ ਪੈਂਡਿੰਗ ਪਈ ਹੈ ਅਤੇ ਉਹਦੇ 'ਤੇ ਕੋਈ ਫੈਸਲਾ ਨਹੀਂ ਹੋਇਆ। ਹੁਣ ਵੀ ਜਿਵੇਂ ਤੁਸੀਂ ਖੁਦ ਵੀ ਦੱਸਿਆ ਕਿ ਆਉਣ ਵਾਲੀ 18 ਤਰੀਕ ਨੂੰ ਜਿਹੜਾ ਹੈਗਾ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵਫ਼ਦ ਮਿਲ ਰਿਹਾ, ਪਹਿਲਾਂ ਵੀ ਬੜੇ ਵਾਰ ਜਾ ਕੇ ਮੰਗ ਕੀਤੀ ਹੈ ਔਰ ਇਸ ਵਾਰੀ ਵੀ ਜਾ ਕੇ ਦੁਬਾਰਾ ਫਿਰ ਬੇਨਤੀ ਕਰਾਂਗੇ ਕਿ ਇਹਦੇ 'ਤੇ ਤੁਰੰਤ ਅਤੇ ਸਵਾਲ ਵੈਸੇ ਔਖਾ ਹੈਗਾ ਪਰ ਪੁੱਛੂੰਗਾ ਜ਼ਰੂਰ, ਕਿਤੇ ਵੋਟਾਂ ਨੇ ਤਾਂ ਰੱਖਿਆ ਹੋਇਆ ਰਾਜੋਆਣਾ ਸਾਹਿਬ? ਨਹੀਂ, ਇਹਦੇ 'ਚ ਪਹਿਲੀ ਗੱਲ ਤਾਂ ਇਹ ਇਹਨਾਂ ਗੱਲਾਂ ਦਾ ਵੋਟਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਗਾ। ਕਾਨੂੰਨ ਆਪਣਾ ਕੰਮ ਕਰਦਾ ਪਰ ਕਾਨੂੰਨ ਦੇ ਜਿੱਥੇ ਚਾਰਾਜੋਈ ਕੀਤੀ ਜਾ ਸਕਦੀ ਹੈ ਉੱਥੇ ਕੀਤੀ ਹੋਈ ਹੈ, ਉਹਦੇ ਆਧਾਰਿਤ ਸਾਡੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਸਾਹਿਬ ਆ ਉਹਨਾਂ ਨੇ ਫੈਸਲਾ ਲੈਣਾ। ਮੇਰਾ ਨਹੀਂ ਖਿਆਲ ਕਿ ਰਾਸ਼ਟਰਪਤੀ ਦੀ ਪਦਵੀ ਵਾਲਾ ਕੋਈ ਵੀ ਜਿਹੜਾ ਇਨਸਾਨ ਹੁੰਦਾ ਉਹ ਕੋਈ ਉਹਦੇ 'ਚ ਰਾਜਨੀਤੀ ਕੱਢੇ ਜਾਂ ਰਾਜਨੀਤੀ ਖੇਡੇ ਜਾਂ ਰਾਜਨੀਤੀ ਜਾਂ ਵੋਟਾਂ ਦੀਆਂ ਗੱਲਾਂ ਸੋਚ ਕੇ ਇਹੋ ਜਿਹੇ ਫੈਸਲੇ ਕਰੇ, ਮੈਨੂੰ ਲੱਗਦਾ ਨਹੀਂ ਹੈ। ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਜਿੰਨੀ ਛੇਤੀ ਪੈਰਵਾਈ ਕਰਕੇ ਇਹਦਾ ਫੈਸਲਾ ਹੋ ਸਕੇ, ਬਿਹਤਰ ਹੈ ਇਸ ਗੱਲ ਦਾ। ਅਰਵਿੰਦ ਮਿੱਤਲ ਸਾਹਿਬ, ਇੱਥੇ ਸਿੱਖ ਕੌਮ ਵਾਰ ਵਾਰ ਸਵਾਲ ਚੁੱਕਦੀ ਹੈ ਕਿ ਸਾਡੇ ਨਾਲ ਵਿਤਕਰਾ ਹੁੰਦਾ ਅਤੇ ਤੁਹਾਡੀ ਪਾਰਟੀ ਸਰਕਾਰ ਹੈ, ਤੁਸੀਂ ਮੌਕਾ ਦੇ ਰਹੇ ਹੋ, ਇਹ ਸਵਾਲ ਦੁਬਾਰਾ ਚੁੱਕਣ ਦਾ ਮੌਕਾ ਦੇ ਰਹੇ ਹੋ ਅਰਵਿੰਦ ਮਿੱਤਲ ਸਾਹਿਬ? ਨਹੀਂ, ਇਹਦੇ 'ਚ ਵਿਤਕਰੇ ਦਾ ਕੋਈ ਮੁੱਦਾ ਨਹੀਂ ਹੈ, ਇਹ ਮੁੱਦਾ ਆਇਆ, ਵਫ਼ਦ ਆਏਗਾ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਦੇ ਉੱਤੇ ਮਿੱਤਲ ਸਾਹਿਬ, ਚਲੋ ਦੇਖੋ ਇਹ ਤਾਂ ਸਰਕਾਰ ਪਹਿਲੇ ਕੋਈ ਦੂਸਰੀ ਸੀਗੀ, ਹੁਣ ਸਾਡੀ ਸਰਕਾਰ ਹੈ, ਹੁਣ ਇਹ ਵਫ਼ਦ ਜਾਏਗਾ ਅਤੇ ਇਹਦੇ 'ਤੇ ਬੈਠ ਕੇ ਚਰਚਾ ਕਰਨਗੇ ਔਰ ਜੋ ਕਾਨੂੰਨ ਦੇ ਮੁਤਾਬਕ ਇਸਦਾ ਜੋ ਸਿਸਟਮ ਹੈ ਜੋ ਪ੍ਰੋਸੀਜਰ ਉਹਨੂੰ ਫੋਲੋ ਕਰਨਗੇ। ਮੈਨੂੰ ਪੂਰੀ ਉਮੀਦ ਹੈ ਇਸ ਗੱਲ ਦੀ। ਕਹਿੰਦਾ ਵੀ ਸਜ਼ਾ ਪੂਰੀ ਹੋਣ ਤੋਂ ਬਾਅਦ ਉੱਥੇ ਰੱਖਿਆ ਜਾਵੇ ਜਾਂ ਫਾਂਸੀ ਸਜ਼ਾ ਮਾਮਲੇ ਵਿੱਚ ਜਿਹੜੀ ਅਪੀਲ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਉਸ ਵਿੱਚ ਕਾਨੂੰਨ ਨੇ ਕਹਿੰਦਾ ਵੀ ਨਾ ਇੰਨਾ ਲੰਬਾ ਜਿਹੜਾ ਪੈਂਡਿੰਗ ਰੱਖਿਆ ਜਾਵੇ ਮਾਮਲਾ। ਉਹ ਜਦੋਂ ਪਟੀਸ਼ਨ ਇੱਕ ਇਹ ਜਿਹੜੀ ਕੀਤੀ ਗਈ ਸੀ ਇਹ ਸ਼ਾਇਦ SGPC ਵੱਲੋਂ ਕੀਤੀ ਗਈ ਸੀ ਔਰ ਉਸ ਵੇਲੇ ਦੀ ਸਰਕਾਰ ਨੇ 2012 'ਚ ਇਹਦੀ ਐਗਜੀਕਿਊਸ਼ਨ ਜਿਹੜੀ ਹੈ ਉਹ ਸਟੇਅ ਕਰ ਦਿੱਤੀ ਸੀ ਕਿਉਂਕਿ ਅਦਰਵਾਈਜ਼ ਸ਼ਾਇਦ 3 ਦਿਨ ਪਹਿਲੇ ਇਹਦਾ ਸਟੇਅ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਸਰਕਾਰਾਂ ਬਦਲ ਗਈਆਂ। ਤੁਸੀਂ ਕਾਨੂੰਨ ਦੇ ਜਾਣ ਕਰੋ, ਮੈਂ ਤੁਹਾਨੂੰ ਇਸ ਕਰਕੇ ਸਵਾਲ ਕੀਤਾ ਸੀ, ਮੈਂ ਤੁਹਾਨੂੰ ਉਸੇ ਬਾਰੇ 'ਚ ਦੱਸ ਰਿਹਾ। ਉਸ ਦੇ ਵਿੱਚ ਕੋਈ ਇਹ ਜਿਹੜੀ ਮਰਸੀ ਪਟੀਸ਼ਨ ਹੈਗੀ ਹੈ ਇਹ ਰਾਸ਼ਟਰਪਤੀ ਕੋਲ ਜਾਣੀ ਹੁੰਦੀ ਹੈ, ਰਾਸ਼ਟਰਪਤੀ ਨੇ ਇਹਦਾ ਫੈਸਲਾ ਕਰਨਾ। ਹੁਣ ਵੀ ਰਾਸ਼ਟਰਪਤੀ ਕੋਲ ਫਾਈਲ ਪੈਂਡਿੰਗ, ਰਾਸ਼ਟਰਪਤੀ ਕੋਲ ਜਾਣੀ ਹੈ, ਰਾਸ਼ਟਰਪਤੀ ਨੇ ਇਸਦਾ ਫੈਸਲਾ ਕਰਨਾ। ਰਾਸ਼ਟਰਪਤੀ ਕੋਲ ਪੈਂਡਿੰਗ ਆ ਹੁਣ ਵੀ? ਨਹੀਂ, ਤੇ ਗ੍ਰਹਿ ਮੰਤਰੀ ਸਾਹਿਬ ਕੋਲ ਹੈ? ਇਹ ਤਾਂ ਤੁਸੀਂ ਦਿਖਾਈ ਚੁੱਕੇ TV ਦੇ ਉੱਤੇ ਕਿ ਫਾਈਲ ਕਿੱਥੇ ਪੈਂਡਿੰਗ ਹੈ ਤੇ ਉਸ ਦੇ ਉੱਤੇ ਜੋ ਵੀ ਉਸਦੀ ਅੱਗੇ ਕਾਰਵਾਈ ਹੈ ਉਸਨੂੰ ਗ੍ਰਹਿ ਮੰਤਰਾਲੇ ਜ਼ਰੂਰ ਪੂਰਾ ਕਰੇਗਾ, ਕਿਉਂ ਨਹੀਂ ਕਰੇਗਾ?
ਕੁਸ਼ਲਪਾਲ ਸਿੰਘ ਕੀ ਸਿਆਸਤ ਹੋ ਰਹੀ ਹੈ ਰਾਜੋਨਾ ਸਾਹਿਬ ਨਾਲ? ਸਿਆਸਤ ਨਹੀਂ ਹੋ ਰਹੀ, ਇਹਨੂੰ ਸਿਆਸਤ ਨਹੀਂ ਕਹੂੰਗੇ, ਇਹ ਗਵਰਨਮੈਂਟ ਆਫ ਇੰਡੀਆ ਦੀਆਂ ਪਲੈਨਡ ਕਨਸਪੀਰੇਸੀਜ਼ ਨੇ ਔਰ ਏਜੰਸੀਜ਼ ਐਵੇਂ ਵਰਕ ਕਰਦੀਆਂ ਨੇ ਵੀ ਇਹਨਾਂ ਨੂੰ ਲਟਕਾ ਕੇ ਰੱਖੋ, ਇਹਨਾਂ ਨੂੰ ਖਰਾਬ ਕਰੋ। ਇਹ ਇਟਸ ਪਾਰਟ ਆਫ ਦ ਸਟੇਟ ਸਿਸਟਮ ਵਿਚ ਦੇ ਆਰ ਵਰਕਿੰਗ। ਗੁਲਾਮ ਕੌਮਾਂ ਨਾਲ ਐਵੇਂ ਹੁੰਦਾ, ਜਦੋਂ ਗੁਲਾਮ ਹੋਵੋਗੇ ਤਾਂ ਆਹੀ ਕੁਛ ਹੋਏਗਾ। ਤੁਹਾਡੇ ਜਿਹੜੀ ਪ੍ਰਤਿਗਿਆ ਠਾਕੁਰ ਹੈ ਜਾਂ ਹੋਰ ਜਿਹੜੇ ਚਾਰਜ ਸੀਗੇ ਉਹਨਾਂ ਦੀਆਂ ਬੇਲਸ ਹੋ ਗਈਆਂ ਸਾਰੇ। ਹਾਂਜੀ, ਕੌਮ ਨੂੰ ਗੁਲਾਮ ਕਿਵੇਂ ਕਹਿ ਸਕਦੇ? ਗੁਲਾਮ ਹੀ ਆ ਜੀ ਇੱਥੇ, ਜਦੋਂ ਤੁਹਾਨੂੰ ਬਿਲਕੁਲ ਜਦੋਂ ਤੁਹਾਨੂੰ ਬਿਲਕੁਲ ਨਾ ਤੁਹਾਨੂੰ ਸਾਡੀ ਸੋਚ ਆਜ਼ਾਦ ਹੋ ਦੇਸ਼ ਵਿੱਚ ਰਹਿਣਾ, ਮੈਨੂੰ ਜਾਂ ਤੱਕ ਗੱਲ ਕਰਨੀ, ਮੇਰਾ ਸਵਾਲ ਅਗਲਾ ਵੀ ਨਾਲ ਹੈ ਨਾ, ਤੁਸੀਂ ਕਿਹਾ ਗੁਲਾਮ ਹੋ, ਮਨ ਨਹੀਂ ਕਰਦਾ ਦੇਸ਼ ਵਿੱਚ ਰਹਿਣਾ? ਨਾ ਨਹੀਂ ਕਰਦਾ, ਨਹੀਂ ਕਰਦਾ। ਕਿਹਨੇ ਰੱਖਿਆ ਵਾ ਤੁਹਾਨੂੰ? ਮਜਬੂਰੀ ਹੈ, ਮਜਬੂਰੀ 'ਚ ਰਹਿਣਾ। ਹਾਂ, ਬਿਕੋਜ਼ ਜਿਹੜੀ ਸਾਡੀ ਹੋਮਲੈਂਡ ਹੈ ਉਹ ਇਸ ਮੁਲਕ ਦਾ ਪਾਰਟ ਹੈ। ਗੁਰਪ੍ਰੀਤ ਸੰਧੂ ਜੀ, ਉਹ ਤਾਂ ਕਹਿ ਰਿਹਾ ਸੀ ਗੁਲਾਮ। ਦੇਖੋ ਜੀ, ਆਪਦੇ ਆਪਦੇ ਹਿਸਾਬ ਨਾਲ ਜੋ ਮਹਿਸੂਸ ਕਰਦਾ ਬੰਦਾ ਉਹ ਕਹਿੰਦਾ, ਔਰ ਇਹਦੇ 'ਚ ਵੀ ਕੋਈ ਨਾ ਕੋਈ ਤੱਤ ਹੋਊਗਾ। ਨਹੀਂ ਤੱਤ ਹੋਊਗਾ ਫਿਰ ਗੁਲਾਮੀ ਤਾਂ ਸਿਆਸਤ ਨੇ ਦਿੱਤੀ ਹੈ ਨਾ ਕਹਿੰਦੇ? ਕੋਈ ਗੱਲ ਨਹੀਂ, ਗੁਲਾਮੀ ਹੋਰ ਉੱਥੇ ਕਿਸੇ ਇੰਡੀਵਿਜੁਅਲ ਨੇ ਥੋੜ੍ਹਾ ਦੇਣੀ ਹੁੰਦੀ ਕੌਮ ਨੂੰ, ਸਰਕਾਰਾਂ ਹੀ ਦਿੰਦੀਆਂ ਹੁੰਦੀਆਂ। ਪਰ ਮੇਰੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹੋਏ ਆ, ਬਈ ਬਲਵੰਤ ਸਿੰਘ ਰਾਜੋਆਣੇ ਨੇ ਜਿਸ ਦਿਨ ਮੈਂ ਫੋਰਚ ਕਹਿ ਲਓ ਤੁਸੀਂ ਕੋਇੰਸੀਡੈਂਟਲੀ ਮੈਂ ਜੇਲ੍ਹ ਦੇ ਵਿੱਚ ਉੱਥੇ ਡਾਕਟਰ ਸੀ ਜਦੋਂ ਇਹ ਵਾਕਿਆ ਹੋਇਆ, ਔਰ ਉਹਨੇ ਪਹਿਲੇ ਦਿਨ ਕਹਿਤਾ ਸੀ ਜਸਟਿਸ ਬੇਦੀ ਦੀ ਕੋਰਟ ਦੇ ਵਿੱਚ ਕਿ ਆਈ ਡੋਂਟ ਵਾਂਟ ਐਡਵੋਕੇਟ, ਮੈਂ ਇਹ ਕਰਿਆ ਔਰ ਮੈਂ ਇਸ 'ਤੇ ਕੋਈ ਮੇਰੀ ਲੋੜ ਨਹੀਂ, ਤੁਸੀਂ ਮੈਨੂੰ ਅੱਜ ਹੀ ਮੇਰਾ ਫੈਸਲਾ ਕਰ ਦਿਓ, ਮੈਨੂੰ ਸਜ਼ਾ ਕਰਾਰ ਦੇ ਕੇ ਫਾਈਲ ਆਉਣਾ ਲਾ ਦਿਓ, ਮੈਨੂੰ ਕੋਈ ਪ੍ਰੋਬਲਮ ਨਹੀਂ। ਉਸ ਤੋਂ ਬਾਅਦ ਉਸ ਬੰਦੇ ਨੂੰ ਜਦੋਂ ਜਿਹੜਾ ਅਕਨੋਲੇਜ ਕਰ ਚੁੱਕਿਆ ਉਹਦੇ ਨਾਲ ਦੂਜਿਆਂ ਦੇ ਕੇਸ ਜੋੜ ਕੇ ਜਿਹੜੇ 20-20 ਸਾਲ 15-15 ਸਾਲ ਚੱਲੀ ਗਏ, ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹੋਇਆ, ਫਿਰ ਅਖੀਰ ਜਾ ਕੇ ਇਹਨਾਂ ਦਾ ਫੈਸਲਾ ਹੋਇਆ, ਵਿੱਚੋਂ ਛੱਡ ਕੇ ਜੇਲ੍ਹ ਤੋੜ ਕੇ ਭੱਜ ਗਏ। ਇਹ ਜਿਹੜਾ ਇੱਕ ਤੁਸੀਂ ਇਸ ਚੀਜ਼ ਨੂੰ ਸਮਝੋ, ਅਸੀਂ ਜੇਲ੍ਹਾਂ ਨੂੰ ਅੱਜ ਕੱਲ੍ਹ ਕਹਿੰਦੇ ਹਾਂ ਸੁਧਾਰ ਘਰ। ਸੁਧਾਰ ਘਰ ਦੇ ਵਿੱਚ ਜਿਹੜੀ ਡੈਥਰੋ ਪ੍ਰਿਜ਼ਨਰਸ ਹੁੰਦੇ ਆ ਨਾ, ਉਹ ਆਈਸੋਲੇਟਡ ਹੁੰਦੇ ਆ, ਉਹਨਾਂ ਨੂੰ ਇਕੱਲਿਆਂ ਰੱਖਿਆ ਜਾਂਦਾ। 6 ਸਾਲ ਅਤੇ 4 ਮਹੀਨੇ ਹੋ ਗਏ ਇਹਨੂੰ, ਨਾ ਇਹਨੂੰ ਕੋਈ ਮਿਲਣ ਜਾਂਦਾ ਉੱਥੇ, ਨਾ ਇਹਦੇ ਨਾਲ ਕਿਸੇ ਦੀ ਗੱਲ ਹੋ ਸਕਦੀ ਹੈ, ਸਿਕਿਉਰਿਟੀ ਦੇ ਵਿੱਚ ਇਕੱਲਾ ਤਾੜਿਆ ਹੋਇਆ। ਤੁਸੀਂ ਦੇਸ਼ ਦੇ ਹੋਰ ਜੇਲ੍ਹਾਂ ਦੇ ਵਿੱਚ ਬੈਠੇ ਕਾਤਲ ਜਿਨ੍ਹਾਂ ਨੇ ਨਿਰਭਯਾ ਵਾਲੇ ਲੈ ਲਓ ਤੁਸੀਂ, ਉਹਨਾਂ ਦੇ ਵਿੱਚ ਵੀ ਮਾਫੀਆਂ ਜਿਹੜੀਆਂ ਹੈਗੀਆਂ ਉਹ ਜ਼ੋਰ ਲੱਗ ਰਿਹਾ ਸਾਰਿਆਂ ਦਾ ਵੀ ਇਹਨਾਂ ਨੂੰ ਕਨਵਰਟ ਕਰਕੇ ਇੰਟੂ, ਔਰ ਫਿਰ 22 ਸਾਲ ਦੇ ਵਿੱਚ ਕੋਈ ਪਰੋਲ ਨਹੀਂ। ਅਤੇ ਉਹ ਬੰਦਾ ਵਾਰੀ ਵਾਰੀ ਕਹਿ ਚੁੱਕਿਆ ਵੀ ਮੈਨੂੰ ਲੋੜ ਨਹੀਂ, ਮੈਂ ਤੁਹਾਡੀ ਤੁਸੀਂ ਨਾ ਮਾਫੀ ਮੰਗੋ, ਜਾ ਕੇ ਉੱਥੇ ਮੇਰੀ ਅਪੀਲ ਕਰੋ, ਮੈਂ ਕਨਵਰਟ ਕਰਨਾ ਹੀ ਨਹੀਂ ਚਾਹੁੰਦਾ। ਸੰਧੂ ਸਾਹਿਬ, ਲੇਕਿਨ ਸੁਣੋ, ਸੰਧੂ ਸਾਹਿਬ 6 ਸਾਲ 4 ਮਹੀਨੇ ਤੁਸੀਂ ਗੱਲ ਕਰ ਰਹੇ ਹੋ, ਤੁਹਾਡੀ ਸਰਕਾਰ ਵੀ ਸੀ ਉਦੋਂ ਯੂਪੀਏ ਦੀ। ਮੈਂ ਗੱਲ ਫਿਰ ਉੱਥੇ ਗੱਲ ਮੁੜ ਮੁੜ ਕਹਿ ਜਾਂਦੀ ਹੈ, ਵਾਟ ਟਾਈਮ ਨਹੀਂ, ਮੈਂ ਜਵਾਬ ਲਓ ਨਾ, ਮੈਂ ਹਮੇਸ਼ਾ ਇੱਕੋ ਹੀ ਜਵਾਬ ਦਿੰਦਾ ਹਮੇਸ਼ਾ। ਜੇ ਅਪੀਲ ਪੈਂਡਿੰਗ ਸੀ, ਫਰਕ ਸਿਰਫ ਇੰਨਾ, ਜਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਚੀਜ਼ ਗਈ ਸੀ, ਦੀ ਮੈਟਰ ਵਾਜ਼ ਇਮੀਡੀਏਟਲੀ ਸੈਂਟ ਟੂ ਦ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਦ ਪ੍ਰੈਜ਼ੀਡੈਂਟ ਸੈਟ ਔਨ ਇਟ ਟਿਲ ਅ ਨਿਊ ਗਵਰਨਮੈਂਟ ਕੇਮ, ਨਾਓ ਦੀ ਗਵਰਨਮੈਂਟ ਇਜ਼ ਸਿਟਿੰਗ ਔਨ ਇਟ। ਪ੍ਰੈਜ਼ੀਡੈਂਟ ਕੋਲ ਤਾਂ ਭੇਜੀ ਨਹੀਂ ਇਹਨਾਂ ਨੇ, ਪ੍ਰੈਜ਼ੀਡੈਂਟ ਕੋਲ ਭੇਜਣ ਤਾਂ ਹੀ ਪ੍ਰੈਜ਼ੀਡੈਂਟ ਉਹ 'ਤੇ ਵਰਕਅਪ ਕਰੇ। ਦੂਸਰੀ ਗੱਲ ਜਿਹੜੀ ਇੱਥੋਂ ਤੱਕ ਸਿਆਸਤ ਦੀ ਗੱਲ ਆ, ਮੈਂ ਤੁਹਾਨੂੰ ਹੁਣ ਦੱਸਦਿਆਂ, ਇੱਕ ਇਹ ਜਿਹੜਾ ਮਸਲਾ ਹੈ, ਜਦੋਂ ਹਾਈ ਕੋਰਟ ਨੇ ਕਹਿਤਾ, ਸੈਸ਼ਨ ਕੋਰਟ ਨੇ ਵੀ ਫਾਈਲ ਲਾ ਦਿਓ ਹਾਈ ਕੋਰਟ 'ਚ, ਅਪੀਲ ਰਿਜੈਕਟ ਉੱਪਰ ਰਿਜੈਕਟ ਹੋ ਗਈ, ਫਾਈਲ ਲਾਉਣ ਵਾਸਤੇ ਆਰਡਰ ਹੋ ਗਏ, ਵਾਰੰਟ ਜਾਰੀ ਇਸ਼ੂ ਕੇ ਡੈਥ ਵਾਰੰਟ, ਪਟਿਆਲਾ ਜੇਲ੍ਹ 'ਚ ਫਾਂਸੀ ਦੇਣੀ ਸੀ। ਜੇਲਰ ਕਹਿੰਦਾ ਮੈਂ ਤਾਂ ਦਿੰਦਾ ਨਹੀਂ, ਮੈਨੂੰ ਤਾਂ ਆਪਦੀ ਲਾਈਫ ਦਾ ਅੰਦੇਸ਼ਾ, ਮੈਂ ਤਾਂ ਕੁਝ ਨਹੀਂ ਕਰਦਾ, ਮੇਰੇ ਕੋਲ ਹੈ ਹੀ ਨਹੀਂ ਫਾਂਸੀ ਦੇਣ ਨੂੰ ਕੋਈ। ਫਿਰ ਇਹ 'ਤੇ ਵਿਚਾਰ ਕੀਤੀ ਗਈ ਵੀ ਅੰਬਾਲਾ ਜੇਲ੍ਹ ਲੈ ਜਾਓ, ਉੱਥੇ ਇੱਕ ਹੈਗਾ, ਉਹ ਅੰਬਾਲਾ ਜੇਲ੍ਹ ਵਾਲੇ ਕਹਿੰਦੇ ਸਾਡਾ ਮਸਲਾ ਨਹੀਂ ਹੈ, ਸਾਡਾ ਹਰਿਆਣਾ ਦਾ, ਪੰਜਾਬ 'ਚ ਦੋ ਜਿਹਨੂੰ ਦੇਣੀ ਹੈ। ਮੁੜ ਕੇ ਜਦੋਂ ਸਾਰਾ ਕੁਝ ਰੌਲਾ ਇੰਨਾ ਪੈ ਗਿਆ, ਇਹਨਾਂ ਨੇ ਹਿਸਾਬ ਲਾ ਲਿਆ ਵੀ ਹੁਣ ਵਾਹਵਾ ਰੌਲਾ ਪੈਂਦਾ ਅਤੇ ਇਹਦੇ 'ਚੋਂ ਪੰਥਕ ਕੋਈ ਨਾ ਕੋਈ ਲਾਭ ਕੱਢਿਆ ਜਾ ਸਕਦਾ, ਇਹ ਫਟਾਫਟ SGPC ਵਾਲਿਆਂ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਮਰਨ ਦੇਣਾ, ਅਸੀਂ ਤਾਂ ਉਹ ਕਹਿੰਦਾ ਮੈਨੂੰ ਮਰਨ ਦਿਓ ਤੁਸੀਂ, ਇਹਨਾਂ ਨੇ ਫਟਾਫਟ ਜਾ ਕੇ ਐਪਲੀਕੇਸ਼ਨ ਪਾਤੀ, ਐਪਲੀਕੇਸ਼ਨ ਐਸਜੀਪੀਸੀ ਪੰਥਕ ਲਾਹਾ ਲੈ ਰਹੀ ਹੈ। ਅੱਜ ਸੁਣੋ, ਅੱਜ ਪੜ੍ਹੋ ਤੁਸੀਂ ਉਹਦੀ ਚਿੱਠੀ ਪੜ੍ਹੀ ਹੈ, ਸਾਰੀ ਚਿੱਠੀ। ਰਾਜੋਆਣਾ ਕਹਿੰਦਾ ਕੀ ਹੈ, ਪੜ੍ਹੋ ਧਿਆਨ ਨਾਲ, ਰਾਜੋਆਣਾ ਕਹਿੰਦਾ ਵੀ SGPC ਤੇ ਅਕਾਲੀ ਦਲ ਜੋ ਕਿ ਇਹਨਾਂ ਦਾ ਸਰਗਣਾ, ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ, 6 ਸਾਲ ਤੋਂ ਮੈਨੂੰ ਲਟਕਾਇਆ ਹੋਇਆ, ਮੇਰੀ ਪੈਰਵੀ ਨਹੀਂ ਕਰ ਰਹੇ, ਉਹਦਾ ਉਹ ਬੈਠਾ ਹੀ ਇਸ ਕਰਕੇ ਹੈ। ਪੁਖੜਤਾਲ ਕਿਉਂ ਕਰ ਰਿਹਾ ਉਹ? ਕਿਉਂਕਿ SGPC ਪੈਰਵੀ ਨਹੀਂ ਕਰ ਰਹੀ ਐਟ ਦੀ ਇੰਸਟੈਂਸ ਆਫ ਦੀ ਅਕਾਲੀ ਦਲ, ਦੈਟ ਇਜ਼ ਵਾਟ ਹੀ ਇਜ਼ ਰਜਿੰਗ। ਮੈਂ ਨਹੀਂ ਕਹਿ ਰਿਹਾ, ਰਾਜੋਆਣਾ ਕਹਿ ਰਿਹਾ, ਇਸ ਕਰਕੇ ਕਹਿੰਦਾ ਮੈਂ ਪੁਖੜਤਾਲ ਰੱਖੂੰਗਾ, ਮੇਰਾ ਫੈਸਲਾ ਇੱਧਰ ਜਾਂ ਉੱਧਰ ਕਰ ਦਿਓ। ਉਹ ਨਹੀਂ ਕਹਿੰਦਾ ਵੀ ਮੇਰੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਤੁਸੀਂ ਉਮਰ ਕੈਦ ਕਰ ਦਿਓ, ਉਹ ਕਹਿੰਦਾ ਮੇਰਾ ਫੈਸਲਾ ਕਰੋ, ਵਨ ਵੇ ਔਰ ਦੀ ਅਦਰ। ਠੀਕ ਹੈ, ਇੱਕ ਛੋਟਾ ਜਿਹਾ ਸਿਆਸਤ ਨਹੀਂ ਹੋਇਆ, 6 ਸਾਲ ਸਾਨੂੰ ਕਹਿੰਦੀ ਤੁਹਾਡੀ ਸਰਕਾਰ ਸੀ, ਸਾਡੀ ਸਰਕਾਰ ਨੇ ਪ੍ਰੈਜ਼ੀਡੈਂਟ ਕੋਲੇ ਭੇਜਿਆ ਸੀ ਭੇਜ। ਠੀਕ ਹੈ, ਚਲੋ ਹੁਣ ਤੁਸੀਂ ਕੋਈ ਮਾਮਲੇ ਪੈਰਵੀ ਕੀਤੀ, ਹੁਣ ਤਾਂ ਤੁਸੀਂ ਸਟੇਟ ਗਵਰਨਮੈਂਟ ਨਹੀਂ, ਅਸੀਂ ਕੀ ਪੈਰਵੀ ਕਰਨੀ ਹੈ? ਤੁਸੀਂ ਕੋਈ ਪੈਰਵੀ ਨਹੀਂ ਕਰਨੀ, ਨਹੀਂ ਤੁਹਾਡਾ ਕੋਈ ਫਰਜ਼ ਨਹੀਂ ਬਣਦਾ। ਫਿਰ ਉਹੀ ਗੱਲ, ਸਾਡਾ ਫਰਜ਼ ਕੀ ਬਣਦਾ? ਮੈਟਰ ਇਜ਼ ਪੈਂਡਿੰਗ ਬਿਫੋਰ ਦੀ ਯੂਨੀਅਨ ਹੋਮ ਮਿਨਿਸਟਰ।
ਉੱਥੇ ਕੀ ਕਰੀਏ ਅਸੀਂ? ਤੁਸੀਂ ਪੈਂਡਿੰਗ ਕੇਸਾਂ ਬਾਰੇ ਕੋਈ ਜ਼ਿਕਰ ਕਰਦੇ ਹੋ ਕਿ ਨਹੀਂ ਕਰਨਾ ਹੁੰਦਾ ਸਟੇਟ? ਤੁਹਾਡੇ ਸਾਹਮਣੇ ਤੁਸੀਂ ਅਖਬਾਰ ਨਹੀਂ ਪੜ੍ਹਦੇ? ਨਹੀਂ ਨਹੀਂ, ਤੁਸੀਂ ਪੱਤਰਕਾਰ ਸਟੇਟ ਗਵਰਨਮੈਂਟ ਨੇ ਕੋਈ ਜ਼ਿਕਰ ਕਰਨਾ ਹੁੰਦਾ? ਨਹੀਂ ਕਰਨਾ ਹੁੰਦਾ। ਕਾਹਦੇ ਵਾਸਤੇ? ਸਟੇਟ ਗਵਰਨਮੈਂਟ ਨੇ ਕੋਈ ਪੈਂਡਿੰਗ ਕੇਸ ਨਹੀਂ ਕਰਿਆ। ਸਟੇਟ ਵੱਲੋਂ ਹੀ ਗਿਆ ਹੋਇਆ, ਥੋੜਾ ਬ੍ਰੇਕ ਲੈ, ਬ੍ਰੇਕ ਤੋਂ ਵਾਪਸ ਆਉਣਾ। ਸਟੇਟ ਵੱਲੋਂ ਹੀ ਗਿਆ ਹੋਇਆ, ਇਹ ਸਾਰੀ ਸਿਆਸਤ ਹੋ ਰਹੀ ਹੈ ਤੇ ਰਾਜ ਉਹਨਾਂ ਤੇ ਕਰੇਗੀ ਕੀ ਰਾਜਨੀਤੀ? ਸਵਾਲ ਇਹ ਹੀ ਹੈ, ਬ੍ਰੇਕ ਤੋਂ ਵਾਪਸ ਆ ਕੇ ਵਕੀਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹ ਕਾਨੂੰਨ ਕਹਿੰਦਾ ਕੀ ਹੈਗਾ ਤੇ ਕਾਨੂੰਨ ਆ ਜਿਹੜਾ ਉਹ ਵੱਖ-ਵੱਖ ਤਾਂ ਨਹੀਂ ਕਹਿੰਦਾ। ਬ੍ਰੇਕ ਤੋਂ ਵਾਪਸ ਆ। ਬਲਵੰਤ ਸਿੰਘ ਰਾਜੂਨਾ ਦੀ ਭੁੱਖ ਹੜਤਾਲ ਨੇ ਸਿਆਸਤ ਅੱਗੇ ਕਿਹੜਾ ਸਵਾਲ ਖੜਾ ਕੀਤਾ? ਕਰਨਲ ਸਿੰਘ ਵੀਰ ਹਮਤ, ਇਹ ਸਿਆਸਤ ਕਿਹੜੇ ਤਰੀਕੇ ਨਾਲ ਚੱਲਦੀ ਪਈ ਹੈਗੀ? ਇਹ ਸਵਾਲ ਵੱਖਰਾ ਹੈਗਾ, ਪਰ ਜਦੋਂ ਤੁਹਾਡੇ ਵਰਗੇ ਲੋਕ ਇਹ ਕਹਿਣ ਵੀ ਸਾਡੇ ਨਾਲ ਵਿਤਕਰਾ ਹੁੰਦਾ, ਇਹ ਵਿਤਕਰੇ ਵਾਲੀ ਸਥਿਤੀ ਹੈ ਜਿਹੜੀ ਉਹ ਹਰ ਮਾਮਲੇ ਦੇ ਵਿੱਚ ਆਪਾਂ ਲੈ ਆਉਂਦੇ ਹਾਂ, ਕਿਉਂ? ਦੇਖੋ ਕੇਪੀ ਸਿੰਘ ਜੀ, ਜਿਹੜਾ ਸਮੁੱਚਾ ਸਿਸਟਮ ਹੈ ਪੂਰਾ ਬੇਈਮਾਨ ਹੋ ਚੁੱਕਾ। ਰਾਜਨੀਤਿਕ ਇੱਛਾ ਸ਼ਕਤੀ ਜਿਹੜੀ ਹੈ ਉਹ ਵੋਟ ਬੈਂਕ ਨੂੰ ਦੇਖਦੀ ਹੈ, ਔਰ ਤੀਸਰੀ ਗੱਲ ਹੈ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਹੈ ਉਸ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਜਦੋਂ ਕੋਈ ਉਹਨਾਂ ਦੇ ਸਾਹਮਣੇ ਮਸਲਾ ਆਉਂਦਾ ਉਹ ਉਦੋਂ ਹੀ ਉਸ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਅਦ ਦੇ ਵਿੱਚ ਜਿਵੇਂ ਉਹਨਾਂ ਨੇ ਕਹਿ ਦਿੱਤਾ ਰਾਜੋਆਣਾ ਨੇ ਕਿ ਉਹ ਗੱਲ ਨੂੰ ਭੁੱਲ ਗਏ, ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਇਸ ਦੇ ਵਿੱਚ ਮੇਰਾ ਸਿੱਧਾ ਸਵਾਲ ਜਿਹੜਾ ਉਹ ਇੰਡੀਅਨ ਜੁਡੀਸ਼ਲੀ ਸਿਸਟਮ ਨੂੰ ਔਰ ਇੱਥੋਂ ਦਾ ਜਿਹੜਾ ਨਿਆਂਪਾਲਿਕਾ, ਇੱਥੋਂ ਦਾ ਕਾਨੂੰਨ ਹੈ, ਇੱਥੋਂ ਦਾ ਰਾਜਨੀਤਿਕ ਮਾਹੌਲ ਹੈ, ਉਹ ਸਾਰਾ ਉਸ ਦੇ ਵਿੱਚ ਤੁਸੀਂ ਸਵਾਲ ਹੁਣ ਵੀ ਇਹ ਕਰੋ ਕਿ ਰਾਜੋਆਣਾ ਦੇ ਮਸਲੇ ਦੇ ਉੱਪਰ ਗੱਲ ਕਰ ਲਈਏ, ਭਾਈ ਹਵਾਰਾ ਦੇ ਮਸਲੇ 'ਤੇ ਗੱਲ ਕਰ ਲਈਏ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ 'ਤੇ ਗੱਲ ਕਰ ਲਈਏ, ਜਾਂ ਜਿਹੜਾ ਇੰਨਾ ਵੱਡਾ ਇਸ ਨਰਸੰਹਾਰ ਹੋਇਆ ਇੱਥੇ ਪੰਜਾਬ ਦੀ ਧਰਤੀ 'ਤੇ ਅਤੇ ਹੋ ਰਿਹਾ, ਉਹਦੇ ਢੰਗ ਤਰੀਕੇ ਜਿਵੇਂ ਬਦਲੇ ਗਏ ਨੇ, ਅਤੇ ਸਿੱਖ ਜਾਂ ਪੰਜਾਬੀ ਕਿਵੇਂ ਨਾ ਮਹਿਸੂਸ ਕਰਨ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ। ਢੰਗ ਤਰੀਕੇ ਬਦਲੇ ਗਏ ਆ, ਜੈਨੋਸਾਈਡ ਇੱਕ ਉਦੋਂ ਵੀ ਕੀਤਾ ਗਿਆ ਹੁਣ ਵੀ ਕੀਤਾ ਜਾ ਰਿਹਾ। ਉਹਨਾਂ ਹਾਲਾਤਾਂ ਦੇ ਵਿੱਚ ਰਾਜੋਆਣਾ ਨੇ ਜਿਹੜੀ ਗੱਲ ਕੀਤੀ ਹੈ ਕਿ ਮੈਨੂੰ ਕਿਉਂ ਲਟਕਾਇਆ ਹੋਇਆ, ਜਦੋਂ ਮੈਂ ਕਹਿੰਦਾ ਕਿ ਮੈਂ ਜੋ ਕੰਮ ਕੀਤਾ ਉਸ ਦੀ ਮੈਨੂੰ ਇੰਡੀਆ ਦੇ ਸਿਸਟਮ ਨੇ ਸਜ਼ਾ ਦੇ ਦਿੱਤੀ ਹੈ। ਸਵਾਲ ਤਾਂ ਇਸ ਸਿਸਟਮ ਦਾ ਹੈ ਕਿ ਕਾਨੂੰਨ ਕਿਸ ਤਰ੍ਹਾਂ ਹੈ, ਕਾਨੂੰਨ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਮੇਰੀ ਗੱਲ ਸੁਣੋ, ਮੈਨੂੰ ਇਹ ਸਵਾਲ ਜਵਾਬ ਦਿਓ ਤੁਸੀਂ, ਰਾਜੋਆਣਾ ਖੁਦ ਮੰਨਦੇ ਆ ਕਿ ਸਿੱਖ ਕੌਮ ਨਾਲ ਵਿਤਕਰਾ ਹੋ ਰਿਹਾ? ਬਿਲਕੁਲ ਉਹ ਮੰਨਦੇ ਆ, ਬਿਲਕੁਲ ਰਾਜੋਆਣਾ ਕਿਉਂ ਨਹੀਂ ਮੰਨਣਗੇ? ਰਾਜੋਆਣਾ ਸਮੇਤ ਹਰ ਸਿੱਖ ਮੰਨਦਾ, ਅੱਜ ਬੱਚੇ ਬੱਚੇ ਨੂੰ ਤੁਸੀਂ ਪੰਜਾਬ ਦੇ ਨੂੰ ਪੁੱਛ ਲਓ, ਤੁਸੀਂ ਦੇਖੋ ਕਿ ਅੱਜ ਜੇ ਨਸ਼ੇ ਦੇ ਨਾਲ ਵੀ ਨੌਜਵਾਨ ਮਰ ਰਹੇ, ਪੰਜਾਬੀ ਮਰ ਰਹੇ ਆ ਤੇ ਸਿੱਖ ਮਰ ਰਹੇ ਨੇ, ਇੱਕ ਕਮਿਊਨਿਟੀ ਦੇ ਨਾਲ ਜਿਹੜਾ ਐਡਾ ਵੱਡਾ ਧੱਕਾ ਹੋ ਰਿਹਾ ਉਹ ਕਿਉਂ ਹੋ ਰਿਹਾ? ਉਹਨੇ ਚਿੱਠੀ ਦੇ ਵਿੱਚ ਜੋ ਗੱਲ ਕਹੀ ਹੈ ਮੈਂ ਚਾਰ ਵਾਰ ਪੜ ਚੁੱਕਾ। ਨਹੀਂ ਨਹੀਂ ਇਹਨੂੰ ਕਹਿ ਰਿਹਾ ਮੈਂ ਕੇਪੀਰਾਂ ਨੂੰ ਕਿ ਇਹਦੀ ਚਿੱਠੀ ਸਪਸ਼ਟ ਲਿਖਿਆ ਕਿ ਕੌਮ ਨਾਲ ਕੌਮ, ਸਿੱਖ ਕੌਮ ਨਾਲ ਵਿਤਕਰਾ, ਪੜੋ ਉਹਦੇ ਵਿੱਚ। ਠੀਕ ਹੈ, ਮੈਂ ਸਵਾਲ ਤਾਂ ਪੁੱਛਣਾ ਮੇਰਾ ਹੱਕ ਹੈ ਨਾ, ਇਹ ਤੁਹਾਡੀਆਂ ਗੱਲਾਂ ਥੋੜੀ ਸਾਰੀ ਮੈਂ ਪੁੱਛਣਾ, ਮੈਂ ਸਵਾਲ ਪੁੱਛਣਾ। ਇਸ ਕਰਕੇ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕੇਪੀ ਸਿੰਘ ਜੀ, ਇੱਥੋਂ ਦੇ ਸਿਸਟਮ ਨੂੰ ਇਹ ਸਮਝਣਾ ਪਵੇਗਾ ਕਿ ਉਹਨਾਂ ਨੇ ਮਿਨੋਰਟੀਜ਼ ਨੂੰ ਕਿਵੇਂ ਇੱਥੇ ਹੈਂਡਲ ਕਰਨਾ। ਉਹ ਜਿਹੜਾ ਢੰਗ ਤਰੀਕਾ ਬਣਾਇਆ ਉਹ ਹਿਟਲਰ ਨੇ ਵੀ ਅਪਣਾਇਆ ਸੀ, ਉਹ ਸਮੇਂ-ਸਮੇਂ ਮੁਗਲ ਸਰਕਾਰਾਂ ਨੇ ਵੀ ਅਪਣਾਇਆ, ਅੰਗਰੇਜ਼ਾਂ ਨੇ ਵੀ ਅਪਣਾਇਆ, ਕਾਂਗਰਸ ਨੇ ਵੀ ਅਪਣਾ ਕੇ ਵੇਖ ਲਿਆ। ਬੀਜੇਪੀ ਹੁਣ ਆਪਣੇ ਤਜਰਬੇ ਨਾ ਕਰੇ, ਇਹ ਵੇਖਣ ਦੀ ਲੋੜ ਹੈ ਕਿ ਸਿੱਖ ਕੌਮ ਦਾ ਸਬਰ ਦਾ ਪਿਆਲਾ ਕਿੰਨਾ ਕੁ ਹੋਰ ਉਹਦਾ ਇਮਤਿਹਾਨ ਲੈਣਾ। ਮੈਨੂੰ ਸਵਾਲ ਹੈ, ਮੈਂ ਆ ਰਿਹਾ ਕੁਸ਼ਲਪਾਲ ਜੀ, ਮੈਨੂੰ ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਇਹ ਗੱਲ ਕਰਦੀ ਹੈ ਕਿ ਚਿੱਠੀ ਪੜੋ, ਕਾਂਗਰਸ ਪਾਰਟੀ ਗੱਲ ਕਰਦੀ ਹੈ, ਕਾਂਗਰਸ ਤੇ ਹਮੇਸ਼ਾ ਇਲਜ਼ਾਮ ਲੱਗਦੇ ਰਹੇ ਕਿ ਸਿੱਖ ਕੌਮ ਨਾਲ ਵਿਤਕਰਾ ਕੀਤਾ। ਤੁਸੀਂ ਵਾਰ ਵਾਰ ਚਿੱਠੀ ਦਾ ਹਵਾਲਾ ਦੇ ਦਿਓ, ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆ ਰਹੀ, ਮੈਨੂੰ ਸਵਾਲ ਤੁਹਾਡੇ ਤੇ ਹੈ ਸੰਧੂ ਸਾਹਿਬ। ਮੈਂ ਤੁਸੀਂ ਵਾਰ ਵਾਰ ਚਿੱਠੀ ਦਾ ਹਵਾਲਾ, ਕਿੰਨੀ ਚਿੱਠੀ ਪੜ ਲਈ ਤੁਸੀਂ? ਮੈਂ ਪੂਰੀ ਗਲੀ ਗਲੀ ਚੀਜ਼ ਪੜ ਕੇ ਆਈ, ਕਿਉਂ ਚਿੱਠੀ ਆਈ, ਕਿਉਂ ਚਿੱਠੀ ਕਰਦੇ ਨਾ ਸਾਰਾ ਕੁਝ, ਕਿਉਂ ਨਹੀਂ ਕਰਦੇ ਤੁਸੀਂ? ਜਵਾਬ ਲਾਉਂਗਾ, ਹਾਂ ਦੋ ਜਵਾਬ। ਆਈ ਐਮ ਨਾਟ ਏ ਸਕੂਲ ਚਾਈਲਡ ਜਿਹਨੂੰ ਹੈਡਮਾਸਟਰ ਨੇ ਚਲਕਣਾ, ਜੇ ਸਵਾਲ ਪੁੱਛਿਆ ਤਾਂ ਜਵਾਬ ਲਓ। ਹਾਂ ਦੋ ਜਵਾਬ ਦਿਓ। ਜਵਾਬ ਇਹ ਹੈ ਕਿ ਕਾਂਗਰਸ ਦੇ ਵਿੱਚ ਬੈਠੇ ਸਿੱਖਾਂ ਦਾ ਕਿਸ ਢੰਗ ਨਾਲ ਹੱਕ ਨਹੀਂ ਹੈ? ਜਦੋਂ ਸਿੱਖੀ ਦਾ ਕਾਂਡ ਹੁੰਦਾ ਚਾਹੇ ਉਹ ਕਿਸੇ ਨੇ ਕੀਤਾ ਹੋਵੇ, ਉਹਦੇ 'ਤੇ ਕਿਉਂ ਨਹੀਂ ਸਵਾਲ ਉਠਾ ਸਕਦੇ? ਅਸੀਂ ਠੇਕਾ ਲਿਆ ਵਾ ਬਾਕੀਆਂ ਨੇ, ਬਾਕੀ ਜਿਹੜੇ ਉਹ ਜ਼ਿਆਦਾ ਸਿੱਖ ਨੇ ਕਾਂਗਰਸ ਦੇ ਸਿੱਖਾਂ ਨਾਲੋਂ, ਅਸੀਂ ਕਰ ਸਕਦੇ ਸਵਾਲ ਦੇ ਉੱਤੇ? ਕਿਉਂਕਿ ਇੱਕ ਬੰਦਾ ਜਿਹੜਾ ਮੈਂ ਤੇ ਡਾਕਟਰ, ਮੈਂ ਉਹਦੇ ਕੋਲ ਰਿਹਾ, ਮੇਰੇ ਕੋਲ ਬੜੈਲ ਜੇਲ੍ਹ ਦੇ ਵਿੱਚ। ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ, ਠੀਕ ਹੈ ਗੱਲ, ਤੁਸੀਂ ਵਾਰ ਵਾਰ ਗੱਲ ਕਹਿ ਰਹੇ ਹੋ ਕਿ ਐਸਜੀਪੀਸੀ ਨੇ ਪੰਥਕ ਏਜੰਡਾ ਤੋਂ ਲੱਭ ਲਿਆ, ਤੁਸੀਂ ਕਿਹੜਾ ਏਜੰਡਾ ਲੱਭ ਰਹੇ ਹੋ? ਅਸੀਂ ਕੋਈ ਏਜੰਡਾ ਨਹੀਂ ਲੱਭ ਰਹੇ, ਅਸੀਂ ਤਾਂ ਕਹਿੰਦੇ ਉਹਦਾ ਫੈਸਲਾ ਕਰ ਦਿਓ, ਇੱਕ ਪਾਸੇ ਕਰ ਦਿਓ। ਹਾਂ ਕੁਛ ਪਰ ਕੀ ਕਰ ਕਹਿ ਰਹੇ? ਮੈਂ ਤੁਹਾਨੂੰ ਇਹ ਕਹਿ ਰਿਹਾ ਜੀ, ਇਹ ਜਿਹੜਾ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਉਹਨੂੰ ਗੁਲਾਮਾਂ ਵਾਲੀ ਗੱਲ ਕੀਤੀ ਸੀ, ਜਿਹੜਾ ਇੰਡੀਆ ਦਾ ਜਸਟਿਸ ਡਿਲੀਵਰੀ ਸਿਸਟਮ ਹੈ ਉਹ ਬੇਸਡ ਹੈ ਸੀਆਰਪੀਸੀ, ਆਈਪੀਸੀ ਤੇ ਸੀਪੀਸੀ ਤੇ। ਇਹ 1857 ਦੇ ਰਿਵੋਲਟ ਤੋਂ ਬਾਅਦ 1859, 1860, 1861 ਚ ਡਰਾਫਟ ਕੀਤੇ ਗਏ ਉਹ ਸਿਸਟਮ, ਜਿਹੜਾ ਇਹ ਪ੍ਰੋਸੀਜਰ ਕੋਡ ਡਰਾਫਟ ਕੀਤਾ ਗਿਆ ਉਹ ਇੱਕ ਗੁਲਾਮ ਲੋਕਾਂ ਲਈ ਕੀਤਾ ਗਿਆ। ਨਵਾਂ ਅੰਗਰੇਜ਼ ਚਲਾ ਗਿਆ, ਗਵਰਨਮੈਂਟ ਆਫ ਇੰਡੀਆ ਉਵੇਂ ਹੀ ਚੱਲਦੀ ਰਹੀ, ਉਹੀ ਜਸਟਿਸ ਡਿਲੀਵਰੀ ਸਿਸਟਮ ਚੱਲ ਰਿਹਾ, ਬਿਨਾਂ ਕਿਸੇ ਸੋਧ ਤੋਂ ਚੱਲ ਰਿਹਾ। ਲੈਟ ਮੀ ਤੋ ਜਿਵੇਂ ਉਦੋਂ ਅੰਗਰੇਜ਼ ਸਰਕਾਰ ਚਾਹੁੰਦੀ ਸੀ ਜਿਹਨੂੰ ਦਬਾ ਕੇ ਰੱਖਣਾ, ਅੱਜ ਸਿੱਖਾਂ ਨੂੰ ਔਰ ਮੁਸਲਮਾਨਾਂ ਨੂੰ
ठीक है उस जमाने भी वेख लो जिन्हों दबाया जाना चाहता सी उन्हों अंग्रेज उवें वरत लैंदे सी उही जस्टिस डिलीवरी सिस्टम है सो इस मुल्क का जदों तक ये चीज़ा नहीं होंदिया आजाद हो ही नहीं सकती ठीक है जगमोहन सिंह भट्टी साहब हुण मैं तुहाडे कोल आना सियासत ने तो आदत तरीके सारा कुछ दसता है जगमोहन सिंह भट्टी साहब 22 साल 6 महीने बहुत लंबा अरसा होता है जिहड़ी सज़ा उन्होंने दिती गई है सज़ा किस मामले में सारे सारी दुनिया को पता है सवाल यह है सज़ा कितनी मिलनी चाहिए सी उस तो बाद करना क्या चाहिए के पी जी चीज़ ये है जदों भी कानून के मुताबिक सज़ा मिले या ये हो कानून के आर्टिकल 20 कॉन्स्टिट्यूशन ऑफ इंडिया ये कहता भी दोहरी सज़ा या दोहरे मापदंड नहीं अपनाए जा सकते ये दोहरे मापदंड इसलिए हो जाते हैं पहले 33 सज़ा सी और 22 साल तो कॉन्टीन्यूसली सज़ा भुगत रहे ने बिना पैरोल दे बिना फरलो दे और किसी भी अगर जे मैं गलत नहीं तो किसी भी साख संबंधी नाल उन्होंने मिलने की इजाजत नहीं दी गई या कुछ नहीं किया गया अगर जे ये गल ठीक है तो यह 22 साल की सज़ा जी है एक इकलापे तो ज़्यादा या फांसी तो ज़्यादा वड्डी सज़ा है जे इस चीज़ को मद्देनज़र रख के जे साडा भारत का कानून इस चीज़ की इजाजत करता है या कोई ये भी कोई ओमिकस है किसी तरह का भी कोई लैप्स है जिन्हों कहने असी उसनों पूरा किया जा सकता है और उन्होंने इमीजिएटली रिहा करना चाहिए और ये जड़िया पचीदगियां ने या गुंझलां पाइया जा रही कानून दियां या कानून की आड़ लैके वो किहड़ा काम है जिहड़ा 6 साल नहीं हो सकता या अज उन्हां नूं भुख हड़ताल करनी पई है तो ये उन्होंने भुख हड़ताल करके एक प्रोटेस्ट लॉन्च किया भी ये सिस्टम जिहड़ा ये सही नहीं ये दोहरे मापदंड चल रहे ने जिहड़े किसी भी तरह ध्यान गोचरे सरकार दे लियांदे जा सकन और केंद्र सरकार या स्टेट गवर्नमेंट ये उत्ते ਕਿਸੇ ਵੀ ਤਰ੍ਹਾਂ ਤਵਜੋ ਕਰ ਸਕੇ ਮੈਨੂੰ ਵਕੀਲ ਨਾਲ ਜ਼ਿਆਦਾ ਤੁਹਾਡੀ ਪੋਲੀਟੀਕਲ ਸਟੇਟਮੈਂਟ ਜ਼ਿਆਦਾ ਲੱਗਦੀ ਪਈ ਹੈ ਕਰਨੈਲ ਸਿੰਘ ਪੀਰੋ ਮਦਰੀ ਗੱਲ ਕਹਿੰਦੇ ਕਿ ਜੁਡੀਸ਼ੀਅਲ ਸਿਸਟਮ ਤੇ ਵੀ ਸਵਾਲ ਚੁੱਕਣਾ ਚਾਹੀਦਾ ਤੁਸੀਂ ਚੁੱਕੋਗੇ ਸਵਾਲ ਜੁਡੀਸ਼ੀਅਲ ਸਿਸਟਮ ਦੇ ਉੱਤੇ ਸਵਾਲ ਵਾਕਿਆ ਹੀ ਹੈ ਕਿਉਂਕਿ ਅਗਰ ਜੇ ਕਿਸੇ ਵੀ ਕੇਸ ਦੇ ਵਿੱਚ ਰਾਤ ਨੂੰ ਸੁਪਰੀਮ ਕੋਰਟ ਕੰਮ ਕਰ ਸਕਦੀ ਹੈ 2 ਵਜੇ ਉੱਠ ਕੇ 3 ਵਜੇ ਉੱਠ ਕੇ ਤਾਂ ਇਸ ਕੇਸ ਵਿੱਚ ਘੱਟੋ ਘੱਟ ਸਾਰੇ ਦਿਨ ਵਿੱਚ ਤਾਂ ਕੰਮ ਹੋ ਸਕਦਾ ਅਜਿਹੀ ਇਹ ਵਿਵਸਥਾ ਜਿਹੜੀ ਹੈ ਇਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਜੱਜਿਸ ਨੇ ਵੀ ਸਵਾਲ ਚੁੱਕੇ ਸੀਗੇ ਵੀ ਵਿਵਸਥਾ ਵੀ ਸਭ ਕੁਝ ਠੀਕ ਨਹੀਂ ਔਰ ਇਸ ਨੂੰ ਠੀਕ ਕਰਨ ਦੀ ਬਹੁਤ ਜ਼ਰੂਰਤ ਹੈ ਔਰ ਇਸ ਚੀਜ਼ ਦੇ ਉੱਤੇ ਕੇਂਦਰ ਗਵਰਨਮੈਂਟ ਨੇ ਕੀ ਤਵੱਜੋ ਦਿੱਤੀ ਹੈ ਇਹ ਇੱਕ ਆਪਣੇ ਆਪ ਵੀ ਸਵਾਲ ਹੈ ਚੰਦ ਸਿੰਘ ਬਰਾੜ ਹੁਣ ਤੁਸੀਂ ਅਪੀਲ ਤਾਂ ਵਾਪਸ ਲੈ ਨਹੀਂ ਸਕਦੇ ਮੇਰੀ ਅਪੀਲ ਤੁਸੀਂ ਕੀਤੀ ਹੋਈ ਮੇਰੀ ਇੱਕ ਬੇਨਤੀ ਹੈ ਕਿ ਵੀ ਜੀ ਇਹ ਬੜਾ ਸੈਂਸਿਟਿਵ ਮਾਮਲਾ ਔਰ ਇਹ ਸ਼ਾਇਦ ਹਿੰਦੁਸਤਾਨ ਦਾ ਪਹਿਲੀ ਕਿਸਮ ਦਾ ਹੀ ਮਾਮਲਾ ਹੋਵੇ ਕਿ ਜਿੱਥੇ ਅਕਿਊਜ਼ਡ ਜਿਹੜਾ ਹੈਗਾ ਉਹ ਖੁਦ ਅਪੀਲ ਕਰਨ ਨੂੰ ਤਿਆਰ ਨਹੀਂ ਕਿਤੇ ਦਸਖਤ ਕਰਨ ਨੂੰ ਤਿਆਰ ਨਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੰਮ ਦੇ ਵਿੱਚ ਅੱਗੇ ਲੱਗ ਕੇ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਦੇ ਵਿੱਚ ਜਾਂ ਹੋਰ ਸਜ਼ਾ ਦੇ ਵਿੱਚ ਤਬਦੀਲ ਕਰਾਉਣ ਲਈ ਜਿਹੜੀ ਪੈਰਵਾਈ ਹੈ ਉਹ ਕਰ ਰਹੀ ਹੈ ਔਰ ਮੇਰਾ ਖਿਆਲ ਹੈ ਹਿੰਦੁਸਤਾਨ ਦਾ ਪਹਿਲਾ ਹੀ ਕੇਸ ਹੋਣਾ ਹੈ ਇਸ ਤਰ੍ਹਾਂ ਦਾ ਕੋਈ ਕੇਸ ਸ਼ਾਇਦ ਨਾ ਰਾਸ਼ਟਰਪਤੀ ਸਾਹਿਬ ਦੇ ਧਿਆਨ 'ਚ ਆਇਆ ਹੋਵੇ ਅਤੇ ਨਾ ਕਿਸੇ ਹੋਰ ਸਰਕਾਰ ਦੇ ਧਿਆਨ 'ਚ ਆਇਆ ਹੋਵੇ ਇਸ ਕਰਕੇ ਇਹਦੇ 'ਚ ਪੇਚੀਦਗੀਆਂ ਜ਼ਰੂਰ ਹੈਗੀਆਂ ਇਸ ਗੱਲ ਨੂੰ ਵਕੀਲ ਸਾਹਿਬ ਵੀ ਤਸਦੀਕ ਕਰਨਗੇ ਪਰ ਮੈਨੂੰ ਉਮੀਦ ਹੈ ਕਿ ਇਹਦੇ 'ਤੇ ਜਲਦੀ ਫੈਸਲਾ ਜਿਹੜਾ ਸੀਗਾ ਉਹ ਹੋਣਾ ਚਾਹੀਦਾ ਇੱਕ ਮੈਂ ਇਹਦੇ ਉੱਤੇ ਮੈਂ ਕੰਟਰਾਡਿਕਟ ਇਸ ਲਈ ਕੋਈ ਨਹੀਂ ਤੁਸੀਂ ਆਪਦੇ ਸਮੇਂ 'ਚ ਦੱਸ ਦਿਓ ਜੀ ਮੇਰੀ ਕੰਟੀਨਿਊਟੀ ਰਹਿ ਜਾਂਦੇ ਹੋ ਦੂਜੀ ਮੈਂ ਬੇਨਤੀ ਕਰਾਂ ਇੱਥੇ ਜਿਹੜੀ ਗੱਲ ਉੱਠੀ ਹੈ ਜਿਹੜੀ ਪੈਰੋਲ ਦੀ ਉੱਠੀ ਹੈ ਜਾਂ ਮਿਲਣ ਨਾ ਦੇਣ ਦੀ ਇਜਾਜ਼ਤ ਦੀ ਗੱਲ ਉੱਠੀ ਹੈ ਮੈਂ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਮੈਂ ਚਾਹੂੰਗਾ ਕਿ ਜੇ ਇਹ ਤਾਂ ਸਰਕਾਰ ਦੇ ਹੀ ਵੱਸ ਦਾ ਕੰਮ ਹੁੰਦਾ ਹੈ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਬਾਕੀ ਕਾਨੂੰਨ ਮੈਨੂੰ ਪਤਾ ਨਹੀਂ ਹੈ ਜੇ ਕੋਈ ਇਹੋ ਜਿਹਾ ਢੰਗ ਤਰੀਕਾ ਲੱਭਿਆ ਜਾ ਸਕਦਾ ਕਿ ਜਿੰਨੀ ਦੇਰ ਤੱਕ ਕੋਈ ਪਟੀਸ਼ਨ ਦਾ ਫੈਸਲਾ ਨਹੀਂ ਹੁੰਦਾ ਅਤੇ ਜੇ ਉਹਨਾਂ ਨੂੰ ਕੋਈ ਪੈਰੋਲ ਦੀ ਗੱਲ ਹੈ ਜਾਂ ਮਿਲਣ ਦੀ ਗੱਲ ਹੈ ਜਿਵੇਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਨੂੰ ਪੈਰੋਲ ਵੀ ਉਦੋਂ ਦਵਾਈ ਇੱਥੇ ਆ ਵੀ ਗਏ ਸੀ ਮਿਲੇ ਵੀ ਚਲੋ ਇਸ ਤਰ੍ਹਾਂ ਦਾ ਜੇ ਕੋਈ ਹੱਲ ਨਿਕਲ ਸਕਦਾ ਤਾਂ ਮੌਜੂਦਾ ਸਰਕਾਰ ਵੀ ਕੋਸ਼ਿਸ਼ ਕਰਕੇ ਕੱਢਣ ਦੀ ਕੋਸ਼ਿਸ਼ ਕਰੇ ਪਰ ਸਟੇਟ ਗਵਰਨਮੈਂਟ ਕੋਸ਼ਿਸ਼ ਕਰੇ ਕੁਦਰਤੀ ਗੱਲ ਹੈ ਸਟੇਟ ਗਵਰਨਮੈਂਟ ਦਾ ਹੀ ਮੈਟਰ ਹੈ ਇਹ ਮੈਟਰ ਹੀ ਸਟੇਟ ਗਵਰਨਮੈਂਟ ਦਾ ਡੀਸੀ ਨੇ ਰਿਪੋਰਟ ਕਰਨੀ ਹੁੰਦੀ ਹੈ ਜੇ ਜਿਹੜੀ ਬਾਕੀਆਂ ਦੀ ਪੈਰੋਲ ਮਿਲਦੀ ਹੈ ਇਹ ਫਾਂਸੀ ਦੀ ਸਜ਼ਾ ਵਾਲੇ ਨੂੰ ਕਿਵੇਂ ਮਿਲਦੀ ਹੈ ਕਿ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਜ਼ਿਆਦਾਤਰ ਵਕੀਲ ਸਾਹਿਬ ਨੂੰ ਜ਼ਿਆਦਾ ਨਹੀਂ ਪਤਾ ਸਟੇਟ ਗਵਰਨਮੈਂਟ ਦਾ ਮੈਟਰ ਹੈਗਾ ਪੈਰੋਲ ਦੇ ਸਕਦੇ ਆ ਸਟੇਟ ਗਵਰਨਮੈਂਟ ਦਾ ਮੈਟਰ ਜਿੱਥੇ ਫਾਂਸੀ ਦੀ ਸਜ਼ਾ ਉੱਥੇ ਪੈਰੋਲ ਨਹੀਂ ਮਿਲਦੀ ਜਾਂ ਫਰਲੋ ਨਹੀਂ ਮਿਲਦੀ ਕਿਉਂਕਿ ਉੱਥੇ ਸੋਲਟਰੀ ਕਨਫਾਈਨਮੈਂਟ ਸੈੱਲ ਹੁੰਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ ਔਰ ਇਹ ਇੱਕ ਆਪਣੇ ਆਪ ਵਿੱਚ ਜਿਹੜੀ 22 ਸਾਲ ਦਾ ਅਰਸ ਹੈ ਇਹ ਇੱਕ ਫਾਂਸੀ ਦੀ ਸਜ਼ਾ ਤੋਂ ਜ਼ਿਆਦਾ ਵੱਡੀ ਸਜ਼ਾ ਹੈ ਜਿਹਦੇ ਵਿੱਚ ਹਰ ਵੇਲੇ ਬੰਦਾ ਤਿਲ ਤਿਲ ਕਰਕੇ ਮਰਦਾ ਔਰ ਇੱਕ ਵਾਰ ਮਰਨ ਦੀ ਬਜਾਏ
या तिल तिल करके मरन की बजाय दोनों च बड़ा फर्क है। यह दोहरे मापदंड नहीं होने चाहिए और ये उत्ते तवज्जो स्टेट गवर्नमेंट कुछ नहीं कर सकती। स्टेट गवर्नमेंट सब कुछ कर सकती है, रमिशन दे सकती है। संविधान के आर्टिकल 161 है जिसके मुताबिक रमिशन हो सकती है, माफ़ी हो सकती है, सज़ा कम्यूट हो सकती है। अगर जो प्रेजीडेंट साहब वो सज़ा माफ़ कर देंगे या किसी तरह की भी कोई भी है स्टेट गवर्नमेंट की कोई भी किसी तरह की भी गल जी है या राय जी है प्रधानमंत्री जी या राष्ट्रपति जी अखों परोखे नहीं कर सकते। मैं फिर दोबारा सवाल कर रहा, मैं ब्रेक लेना, ब्रेक तो पहले सवाल कर रहा, मौजूदा सरकार जी कैप्टन अमरिंदर सिंह की सरकार हैगी इस मामले में की कर सकती है? कैप्टन साहब की सरकार इस मामले प्रॉपर फॉलोअप कर सकती है और किसी तरह भी हर स्टेट गवर्नमेंट की जी है गल जी है केंद्र सरकार मानती है और जे उन्हों का केस रिप्रजेंट किया जाए या किसी तरह भी उत्थे गौर विच लिया जाए केंद्र गवर्नमेंट दे ते मेरा ख्याल है भी कोई ऐसी गल नहीं कि 6 साल तो होम मिनिस्ट्री दे विच केस पे है उदे उत्ते कोई गल नहीं। छोटा ब्रेक लैने, ब्रेक तो वापस आऊँगा करनल सिंह मैं थोड़े को। बलवंत सिंह राजवाणा के मामले प्योरली सियासत हो रही है, राजनीति हो रही है, तो पंथक एजेंडा जोड़ा वो इंदे विच तय किया जा रहा है। ये सवाल पैनलिस्ट अपने अपने पद्धर से उठा रहे हैं पर सियासत अपने वालों कोशिशा किनिया करती पी है, सवाल यह भी है क्या? जे स्टेट गवर्नमेंट चाहे तो बहुत कुछ हो सकता है। इस तो पहला जी सरकार से उन्होंने किनिया कोशिशा की उन्होंने सवाल राजवाणा ने खुद चक दते हैं हूँ केंद्र सरकार की कर रही है, सवाल उन्होंने भी है कि है बहुत सवाल। ब्रेक तो वापस आके पूछा भी जरूर। बलवंत सिंह राजवाणा की भुख हड़ताल ने सियासत अगर किहड़ा सवाल खड़ा किया? करनाल सिंह पीरूमा तुसीं अपनी गल पूरी करो। मैं गल करनी चाहुंदा सी कि बलवंत सिंह राजवाणा जिहड़ी लैटर उन्होंने लिखी है श्रोमणी गुरुद्वारा प्रबंधक कमेटी नूं, उन्हां नूं हुण अमर शहीद भाई हरजिंदर सिंह जिंदा अमर शहीद भाई सुखदेव सिंह सुक्खा वाली प्ली लैनी चाहीदी है। राष्ट्रपति नूं एक लैटर लिखनी चाहीदी है, एक लैटर लिखनी चाहीदी सुप्रीम कोर्ट ऑफ इंडिया नूं, जिस दे विच जो ਸਾਡੇ ਨਾਲ ਵਧੀਕੀਆਂ ਕੀਤੀਆਂ ਗਈਆਂ ਉਹਦਾ ਪੂਰਾ ਵੇਰਵਾ ਜਿਵੇਂ ਜਿੰਦਾ ਸੁੱਖਾ ਨੇ ਕੀਤਾ ਸੀ ਉਹ ਸਾਰਾ ਜਿਹੜਾ ਉਹ ਇੱਥੋਂ ਦਾ ਜਿਹੜਾ ਪਖੰਡ ਹੈ ਉਸ ਨੂੰ ਅਧੇੜਨਾ ਚਾਹੀਦਾ। ਔਰ 22 ਸਾਲ ਦੇ ਜਿਵੇਂ ਇਹਨਾਂ ਨੇ ਦੱਸਿਆ ਭੱਟੀ ਸਾਹਿਬ ਨੇ ਕਿ ਤਿਲ ਤਿਲ ਕੇ ਮਰਨ ਨਾਲ ਜਿਹੜੇ ਉਹਨਾਂ ਨੇ ਆਪਣੇ ਮਾਨਸਿਕਤਾ ਦੇ ਉੱਪਰ ਜੋ ਉਹ ਮੈਂ ਸਮਝਣਾ ਪੂਰੀ ਕੌਮ ਦਾ ਦਰਦ ਹੈ, ਕੋਈ ਵੀ ਚਾਹੇ ਹਵਾਰਾ ਹੈ ਚਾਹੇ ਰਾਜੋਆਣਾ ਚਾਹੇ ਭੁੱਲਰ ਹੈ ਉਹ ਜੋ ਦਰਦ ਲੈ ਕੇ ਬੈਠੇ ਨੇ ਉਹ ਪੂਰੀ ਕੌਮ ਦਾ ਦਰਦ ਹੈ ਕਿਉਂਕਿ ਉਹ ਕਿਸੇ ਆਪਣੇ ਘਰ ਦੀ ਲੜਾਈ ਵਾਸਤੇ ਨਹੀਂ ਇਹ ਸਾਰਾ ਕੁਝ ਹੋਇਆ, ਉਹਨਾਂ ਨੇ ਇੱਕ ਸਿਸਟਮ ਦੇ ਖਿਲਾਫ ਜੋ ਅੱਜ ਸਰਦਾਰ ਗੁਰਪ੍ਰੀਤ ਸਿੰਘ ਬੜੀਆਂ ਵਧੀਆ ਗੱਲਾਂ ਕਰ ਰਹੇ ਨੇ ਪਰ ਮੈਂ ਗੱਲ ਕਹਿਣੀ ਜੋ ਬਲਵੰਤ ਸਿੰਘ ਰਾਜੋਆਣਾ ਨੇ ਕੀਤਾ ਹੈਗਾ ਹਾਂਜੀ ਤੁਸੀਂ ਉਸ ਨੂੰ ਜਸਟੀਫਾਈ ਕਰ? ਦੇਖੋ ਉਹਨਾਂ ਨੇ ਸ਼ਾਂਤੀ ਲਿਆਂਦੀ ਉਸ ਵੇਲੇ ਜਿਹੜਾ ਮਾਹੌਲ ਬਣਿਆ ਪਿਆ ਸੀ ਜਦੋਂ ਹਾਕਮ ਹੀ ਇਸ ਪੱਧਰ 'ਤੇ ਆ ਜਾਵੇ ਕਿ ਉਹ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਹਰ ਬੰਦੇ ਨੂੰ ਹੁਕਮ ਕਰੀ ਜਾਵੇ ਇਹਨੂੰ ਵੀ ਮਾਰ ਦਿਓ ਇਹਨੂੰ ਵੀ ਮਾਰ ਦਿਓ ਇਹਨੂੰ ਵੀ ਮਾਰ ਦਿਓ ਤਾਂ ਉਹਨਾਂ ਨੇ ਠੀਕ ਸਮਝਿਆ ਆਪਣਾ ਢੰਗ ਤਰੀਕਾ, ਉਹਨਾਂ ਨੇ ਇਸ ਗੱਲ ਨੂੰ ਮੰਨਿਆ। ਇਹ ਨਹੀਂ ਕਿ ਬੁੱਝ ਲਵਾਂਗੇ ਕਹਿ ਦਿੱਤਾ, ਨਹੀਂ ਜੀ ਇਹ ਕਿਸੇ ਹੋਰ ਨੇ ਕੀਤਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹਨਾਂ ਨੂੰ ਰਾਸ਼ਟਰਪਤੀ ਨੂੰ ਆਪਣਾ ਲੈਟਰ ਲਿਖਣਾ ਚਾਹੀਦਾ, SGPC ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੀਆਂ ਮਜਬੂਰੀਆਂ BJP ਦੇ ਨਾਲ ਜਿਹੜੀ ਸਾਂਝ ਹੈ ਉਹ ਉਹਨਾਂ ਨੂੰ ਸਤਾਉਂਦੀ ਰਹਿੰਦੀ ਹੈ। ਜਦੋਂ ਵੀ ਕੋਈ ਸਿੱਖ ਮਸਲਾ ਉਠਾਉਂਦੇ ਨੇ ਅਕਾਲੀ ਉਦੋਂ ਉਹਨਾਂ ਦੇ ਸਾਹਮਣੇ ਸਵਾਲ ਆ ਜਾਂਦਾ ਕਿ BJP ਨਾਰਾਜ਼ ਨਾ ਹੋ ਜਾਏ, ਅਮਿਤ ਸ਼ਾਹ ਨਾਲ ਨਾਰਾਜ਼ ਹੋ ਜਾਏ, ਮੋਦੀ ਸਾਹਿਬ ਨਾਲ ਨਾਰਾਜ਼ ਹੋ ਜਾਣ। ਠੀਕ ਹੈ, ਮੈਂ ਆ ਰਿਹਾ। ਅਭੀ ਮਿੱਤਲ ਸਾਹਿਬ ਨਾਰਾਜ਼ ਹੋ ਜਾਂਦੇ ਤੁਸੀਂ ਜਦੋਂ ਸ਼੍ਰੋਮਣੀ ਕਮੇਟੀ ਜਾਂ ਪਤਾ ਨਹੀਂ ਅਕਾਲੀ ਦਲ ਕੋਈ ਮੁੱਦਾ ਚੁੱਕਦਾ? MP ਮੁਹੰਮਦ ਸਾਹਿਬ ਨੂੰ ਪਤਾ ਹੋਊਗਾ ਨਹੀਂ ਜੇ ਨਾਰਾਜ਼ ਨਹੀਂ ਆ ਤੇ ਫਿਰ ਫੈਸਲਾ ਕਰਵਾ ਦੋ ਨਾ। ਮੈਂ ਤੁਹਾਨੂੰ ਕੁਝ ਗੱਲਾਂ ਮੈਂ ਜਰਾ ਕਰਨੀਆਂ ਚਾਹੁੰਦਾ ਹਾਂ। ਦੋ ਤਿੰਨ ਪੈਨਲਿਸਟ ਨੇ ਗੱਲਾਂ ਕੀਤੀਆਂ ਤਾਂ ਇੱਧਰ ਖੁਸ਼ਪਾਲ ਸਿੰਘ ਜੀ ਨੇ ਕਿਹਾ ਕਿ ਗੁਲਾਮੀ ਦੇ ਟਮੇ ਦੇ ਕਾਨੂੰਨ ਬਣੇ ਹੋਏ ਆ ਇਸ ਕਰਕੇ ਅਸੀਂ ਸਾਰੇ ਗੁਲਾਮ, ਫਿਰ ਤਾਂ ਸਾਰਾ ਹਿੰਦੁਸਤਾਨੀ ਗੁਲਾਮ ਹੈ। ਇੱਕ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਕਿ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਦਾ, ਕਾਨੂੰਨ ਦੇ ਮੁਤਾਬਕ ਕਾਰਵਾਈ ਕਰਦਾ, ਸਾਰਾ ਹਿੰਦੁਸਤਾਨ ਨੂੰ ਗਵਰਨ ਕਰਦੇ ਹਾਂ, ਸਾਰੇ ਹਿੰਦੁਸਤਾਨ ਨੂੰ। ਭੱਟੀ ਸਾਹਿਬ ਅਤੇ ਮੇਰੇ ਅਸੀਂ ਕੁਲੀਗ ਹੈ, ਰੋਜ਼ ਅਸੀਂ ਕੋਰਟ 'ਚ ਕੇਸ ਲੜਦੇ ਹਾਂ, ਰੋਜ਼ ਅਸੀਂ ਕੋਰਟ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਜਾਂਦੇ ਔਰ ਹਿੰਦੁਸਤਾਨ ਦੀ ਜਨਤਾ ਦਾ ਇਹ ਵਿਸ਼ਵਾਸ ਹੈ ਸਿਸਟਮ 'ਤੇ ਸਵਾਲ ਚੁੱਕਦੇ ਪਏ ਹਿੰਦੁਸਤਾਨ ਦੀ ਜਨਤਾ ਦਾ ਵਿੱਚ ਮੈਂ ਮੇਰੀ ਗੱਲ ਮੈਂ ਤੁਹਾਨੂੰ ਦੱਸਦਾ ਨਹੀਂ ਉਹ ਸਵਾਲ ਚੱਕਦੇ ਪਏ ਮੈਂ ਤੁਹਾਨੂੰ ਜੇ ਸਵਾਲ ਠੀਕ ਹੈ ਮੈਂ ਦੱਸਦਾ ਤੁਹਾਨੂੰ ਮੈਂ ਉਸੇ ਗੱਲ 'ਤੇ ਆਉਂਦਾ ਜਿਹੜਾ ਤੁਸੀਂ ਗੱਲ ਕਹੀ ਹੈ ਮੈਂ ਇਹਦੇ 'ਤੇ ਵੀ ਜਵਾਬ ਦਿੰਦਾ। ਰੋਜ਼ ਅਸੀਂ ਕੋਰਟਾਂ 'ਚ ਕੇਸ ਲੜਦੇ ਹਾਂ, ਲੋਕ ਕੇਸ ਲੜਦੇ ਹਾਂ ਔਰ ਅਸੀਂ ਰੋਜ਼ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਸੁਣਦੇ ਹਾਂ ਜੇ ਕਿਤੇ ਕੋਈ ਗੱਲ ਨਾ ਬਣੇ ਉਹ ਕਹਿੰਦਾ ਕੋਈ ਨਾ ਤੈਨੂੰ ਮੈਂ ਕਚਹਿਰੀ 'ਚ ਦੇਖੂੰਗਾ। ਇਹ ਆਮ ਤੌਰ 'ਤੇ ਲੋਕ ਆਪਣੀ ਗੱਲ ਕਰਦੇ ਹਾਂ ਜਦੋਂ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ। ਭੱਟੀ ਸਾਹਿਬ ਇੱਕ ਸੈਕਿੰਡ ਇਸੇ ਕਰਕੇ ਔਰ ਭੱਟੀ ਸਾਹਿਬ ਸਭ ਤੋਂ ਵੱਧ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਦੇ ਹਾਂ।
अदालत की फैसला कर दी है, लोग खुद देखते ने, बिल्कुल कई बार हो जाती है। ਮੈਂ ਤੁਹਾਨੂੰ ਸਵਾਲ ਸਿੱਧਾ ਕਰ ਰਿਹਾ ਵੀ ਸ਼੍ਰੋਮਣੀ ਅਕਾਲੀ ਜੋ ਤੁਹਾਡੇ ਤੋਂ ਮੰਗ ਕਰਦਾ ਹੈ, ਸ਼੍ਰੋਮਣੀ ਕਮੇਟੀ ਮੰਗ ਕਰਦੀ ਹੈ, ਸਾਨੂੰ ਕੋਈ ਨਾਰਾਜ਼ਗੀ ਨਹੀਂ, ਸਾਨੂੰ ਕੋਈ ਨਾਰਾਜ਼ਗੀ ਨਹੀਂ ਕਿਸੇ ਨਾਲ, ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ, ਲਟਕਾ ਕੇ ਕਰਾ ਦੇ ਚੀਜ਼ਾਂ, ਕੋਈ ਲਟਕਾ ਕੇ ਨਹੀਂ, ਕੁਝ ਕਈ ਵਾਰੀ ਡਿਲੇ ਹੋ ਜਾਂਦਾ ਹੈ। ਜੇ ਰਾਜੋਆਣਾ ਬਾਹਰ ਹੁੰਦੇ ਆ ਕੋਈ ਖਤਰਾ? ਦੇਖੋ ਮੈਂ ਕੋਈ, ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ, ਰਾਜੋਆਣਾ ਤਬਦੀਲ ਰਾਜੋਆਣਾ ਖਤਰਾ ਜਾਂ ਨਾ ਖਤਰਾ ਦਾ ਮੁੱਦਾ ਨਹੀਂ, ਰਾਜੋਆਣਾ ਸਾਹਿਬ ਨੇ ਤਾਂ ਕਿਹਾ ਹੀ ਨਹੀਂ ਵੀ ਮੇਰਾ ਕੁਝ ਕਰੋ, ਮੈਂ ਬਾਹਰ ਆਣਾ। ਰਾਜੋਆਣਾ ਸਾਹਿਬ ਨੇ ਤਾਂ ਕਿਹਾ ਹੀ ਨਹੀਂ ਕਿ ਮੇਰੀ ਕੋਈ ਪਰਸਨਲ ਪੋਲਿਟੀ ਰੱਖਿਆ ਹੋਇਆ ਤੁਸੀਂ। ਇੱਕ ਮਿੰਟ ਠਹਿਰੋ ਤੁਸੀਂ, ਗੱਲ ਨੂੰ ਗੱਲ ਚੋਂ ਗੱਲ ਨਾ ਕੱਢੋ, ਕੱਢਣੀ ਪੈਣੀ ਹੈ ਨਾ, ਪਹਿਲੇ ਗੱਲ ਨੂੰ ਸੁਣੋ ਪੂਰੀ, ਸੁਣਾਓ ਗੱਲ ਨੂੰ, ਪਹਿਲੇ ਸੁਣ ਲਓ, ਸੁਣਾ ਦਿਓ। ਰਾਜੋਆਣਾ ਸਾਹਿਬ ਨੇ ਤਾਂ ਕਿਤੇ ਕਿਹਾ ਨਹੀਂ ਵੀ ਮੈਂ ਮਰਸੀ ਪਟੀਸ਼ਨ ਫਾਈਲ ਕਰਨੀ ਹੈ। ਰਾਜੋਆਣਾ ਸਾਹਿਬ ਨੇ ਤਾਂ ਕਿਹਾ ਵੀ ਜੋ ਕੋਰਟ ਫੈਸਲਾ ਕਰੂਗੀ ਮੈਂ ਕਿਤੇ ਉਹਦੀ ਮੰਗ ਨਹੀਂ ਕਰਾਂਗਾ। ਇਹ ਸ਼੍ਰੋਮਣੀ ਅਕਾਲੀ ਦਲ ਔਰ SGPC ਵੱਲੋਂ ਜਿਹੜਾ ਇਹ ਗਿਆ ਸੀ, ਮੈਨੂੰ ਪਹਿਲੇ ਹੁਣੇ ਭੁੱਲਰ ਸਾਹਿਬ ਦੱਸ ਰਹੇ ਸੀ, ਕਹਿ ਰਹੇ ਸੀ ਕਿ ਅਸੀਂ ਤਾਂ ਪਾਤੀ ਸੀ, ਰਾਸ਼ਟਰਪਤੀ ਨੇ ਰਿਜੈਕਟ ਕਰਤੀ। ਪਟੀਸ਼ਨ ਤਾਂ ਇੱਕੋ ਹੀ ਗਈ ਹੈ, ਫਿਰ ਇਹਦਾ ਮਤਲਬ ਜਾਂ ਤਾਂ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਹੋਮ ਮਿਨਿਸਟਰ ਕੋਲ ਤਾਂ ਇਹਦਾ ਮਤਲਬ ਹੈ ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਇਹ ਮੰਗ ਗੈਰ ਵਾਜਬ ਹੈ ਦਾ ਮਤਲਬ? ਨਹੀਂ, ਮੈਂ ਨਹੀਂ ਕਹਿ ਰਿਹਾ ਕਿ ਵਾਜਬ ਹੈ ਜਾਂ ਨਹੀਂ ਗੈਰ ਵਾਜਬ, ਤੁਸੀਂ ਵਾਰ ਵਾਰ ਕਹਿੰਦੇ ਹੋ ਰਾਜੋਆਣਾ ਸਾਹਿਬ ਨੇ ਤਾਂ ਮੰਗੀ ਨਹੀਂ। ਮੈਂ ਹੀ ਕਹਿ ਰਿਹਾ, ਬਿਲਕੁਲ ਨਹੀਂ ਮੰਗੀ, ਇਹ ਤਾਂ ਇਹ ਵੀ ਕਹਿੰਦੇ ਕੌਣ ਬੁੱਕਰ ਦਾ ਇਸ ਗੱਲ ਤੋਂ। ਮਿੱਤਲ ਸਾਹਿਬ ਇੱਕ ਗੱਲ ਹੈ ਜੀ, ਸੰਧੂ ਸਾਹਿਬ ਇੱਕ ਮਿੰਟ, ਮਿੱਤਲ ਸਾਹਿਬ ਇੱਕ ਗੱਲ ਇਹ ਹੈ ਕਿ ਇਸ ਦੇਸ਼ ਦੇ ਵਿੱਚ ਕਾਨੂੰਨ ਇੱਕ ਹੈ, ਬਿਲਕੁਲ ਇੱਕੋ ਹੈ ਨਾ, ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੁਹਾਡੇ ਕੋਲ ਹੋਵੇਗਾ ਸਾਰਾ ਡਾਟਾ ਮੋਟਾ ਮੋਟਾ, ਮਨੋਰਟੀ ਦੇ ਕਿੰਨੇ ਲੋਕ ਫਾਂਸੀ 'ਤੇ ਚੜਾਏ ਗਏ ਆ ਔਰ ਮਜੋਰਟੀ ਦੇ ਕਿੰਨੇ, ਕ੍ਰਾਈਮ ਤਾਂ ਇਸ ਦੇਸ਼ 'ਚ ਹੁੰਦਾ ਹੀ ਹੈ, ਚਾਹੇ ਉਹ ਪੋਲੀਟੀਕਲ ਮਰਡਰ ਹੋਣ ਚਾਹੇ ਉਹ ਦੂਸਰੇ ਹੋਣ, ਮਤਲਬ ਇਹ ਆ ਕਿ ਇਸ ਦੇਸ਼ ਦੇ ਵਿੱਚ ਮੈਂ ਗਲਤ ਗੱਲ ਨਾ ਕਰੋ, ਤੁਸੀਂ ਕਰ ਲਿਓ ਗੁਰਪ੍ਰੀਤ ਸਿੰਘ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ। ਸਟੇਟ ਗੌਰਮੈਂਟ, ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ, ਸਟੇਟ ਗੌਰਮੈਂਟ ਨੂੰ ਕੁਛ ਕਰਨਾ ਚਾਹੀਦਾ ਸੀਗਾ, ਤੁਸੀਂ ਕਿਹਾ ਵੀ ਤੁਸੀਂ ਅਖਬਾਰ ਨਹੀਂ ਪੜ੍ਹਦੇ? ਪੰਜਾਬ ਸਰਕਾਰ ਉਹਨੂੰ ਨਾ ਤਾਂ ਸਜ਼ਾ ਮਾਫ ਕਰ ਸਕਦੀ ਹੈ, ਮੈਂ ਕੇਸ ਦੀ ਪੈਰਵੀ ਦੀ ਗੱਲ ਕਰ ਰਿਹਾ, ਤੁਸੀਂ ਕਰ ਸਕਦੇ ਨਹੀਂ ਕਰ ਸਕਦੇ, ਮਜਬੂਰੀ ਹੈ ਤੁਹਾਡੀ ਕੋਈ? ਪੈਰਵੀ ਹੋ ਰਹੀ ਹੈ ਬਈ, ਕੀ ਪੈਰਵੀ, ਤੁਸੀਂ ਕੀ ਕੀਤੀ ਸਟੇਟ ਗਵਰਨਮੈਂਟ ਵੱਲੋਂ? ਦੂਸਰੀ ਗੱਲ, ਜਿਹੜੀਆਂ ਹੁਣ ਪੈਸੇ ਵੰਡੇ ਆ ਹਾਈਕੋਰਟ ਦੇ ਡਾਇਰੈਕਸ਼ਨ ਤੇ, ਵੰਡਦੇ ਕਿ ਨਹੀਂ ਵੰਡਦੇ ਡਾਇਰੈਕਸ਼ਨ? ਅੱਜ ਨਹੀਂ, ਪਰ ਪੂਰਾ ਤਰੀਕੇ ਨਾਲ 45 ਦਿਨ ਤੋਂ ਮੋਰਚਾ ਲੱਗਾ ਬਰਗਾੜੀ ਦੇ ਵਿੱਚ, ਮੈਂ ਉਸੇ ਤੇ ਆ ਰਿਹਾ ਸੀ, ਮੈਨੂੰ ਦੱਸੋ ਕਿ ਉੱਥੇ ਉਸੇ ਤੇ ਆ ਰਿਹਾ ਸੀ, ਕਿਉਂ ਨਹੀਂ ਸੁਣ ਰਹੇ ਤੁਸੀਂ? ਨਹੀਂ ਨਹੀਂ, ਕੌਣ ਕਹਿੰਦਾ ਪੂਰਾ ਤਰੀਕੇ ਦੇ ਨਾਲ ਵਾਰ-ਵਾਰ ਵਿਜ਼ਿਟ ਕੀਤਾ ਜਾਂਦਾ, ਬਾਜਵਾ ਸਾਹਿਬ ਨੂੰ ਭੇਜ ਦਿੰਦੇ ਹੋ, ਬਾਜਵਾ ਸਾਹਿਬ ਨੂੰ ਵਾਜਵਾ ਭੇਜ ਦਿੰਦੇ ਹੋ, ਉੱਥੇ ਜਾ ਕੇ ਮਿਲਾਉਂਦੇ ਤੇ ਮਤਲਬ ਉਹ ਨਾ ਭੇਜੀਏ, ਮਤਲਬ ਇਹ ਗੱਲ ਕਿਸੇ ਤੋਂ ਨਹੀਂ ਕਰੋਗੇ, ਇਹ ਡਿਬੇਟ ਨਹੀਂ ਹੈਗੀ, ਇਹ ਡਿਬੇਟ ਨਹੀਂ ਗੁਰਪ੍ਰੀਤ ਸਿੰਘ, ਦੇਖੋ ਤੁਹਾਡੇ ਨਾਲ ਕਿੰਨੀ ਗੱਲ ਸੁਣੋ ਪ੍ਰਦਰਸ਼ਨ ਜਿਹੜੇ ਪ੍ਰਦਰਸ਼ਨ, ਮੇਰੀ ਗੱਲ ਤਾਂ ਸੁਣ ਲਓ ਗੁਰਪ੍ਰੀਤ ਸੰਧੂ ਕਰਨਾਸੇ ਬੀਰਮਦ ਦਾ ਸਵਾਲ ਇਹ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਕਿਉਂ ਨਹੀਂ ਕੁਝ ਕਰਦੇ ਪਏ, ਜਦੋਂ 45 ਦਿਨ ਤੋਂ ਬਰਗਾੜੀ ਮੋਰਚਾ ਜਾਰੀ ਹੈਗਾ, ਤੁਸੀਂ ਉੱਥੇ ਕੀ ਕਰ ਲਿਆ, ਇੱਥੇ ਤੁਸੀਂ ਆਪਦੇ ਨੂੰ ਮਜਬੂਰ ਸਾਬਤ ਕਰਤਾ? ਕੀ ਕੀਤਾ ਸੀ? ਹਾਂ ਕੀ ਕੀਤਾ, ਹੁਣ ਤੱਕ ਕੀ ਕੀਤਾ? ਟਾਕ ਚੱਲ ਰਹੀ ਹੈ, 2 ਦਿਨ ਪਹਿਲਾਂ ਤੁਸੀਂ KPG ਤੁਹਾਡੇ ਮੂੰਹ ਚੋਂ ਇਹ ਗੱਲ ਚੰਗੀ ਨਹੀਂ ਲੱਗਦੀ, ਤੁਸੀਂ ਇੱਥੇ ਇੱਕ ਕੀਤਾ ਜੀ, ਇਹਦੇ ਵਿੱਚ ਮੋਰਚੇ ਵਾਲੇ ਵੀ ਆਏ ਸੀ, ਉਹਦੀ ਮੰਗ ਤਾਂ ਹਜੇ ਲਟਕਦੀ ਪਈ ਹੈ ਨਾ, ਹੁਣ ਕੀ ਕੀਤਾ ਤੁਸੀਂ? ਫਿਰ ਹਾਈ ਕਹਿੰਦੇ ਨਾ, ਮੈਂ ਜਦੋਂ ਕਹਿੰਦਾ ਤੁਸੀਂ ਸੁਣਦੇ ਨਹੀਂ, ਦੈਟ ਮੀਨਸ ਆਮ ਰਾਈਟ, ਉਧਰ ਵੀ ਮੈਂ ਗੱਲ ਕਹੀ ਸੀ ਕਿ ਪਹਿਲੀ ਰਿਪੋਰਟ ਜਿਹੜੀ ਹੈ ਰਣਜੀਤ ਕਮਿਸ਼ਨ ਦੀ ਆਈ ਹੈ, ਹਲੇ
ਚਾਰ ਸੇ ਆ ਤਿੰਨ ਸੇ ਆਉਣੇ 31 ਅਗਸਤ ਤੋਂ ਬਾਅਦ ਜੇ ਸਰਕਾਰ ਨਹੀਂ ਕੰਮ ਕਰਦੀ ਹਰ ਸਾਲ ਜੇਕਰ ਵੋਟ ਆਏ ਕਰੇਗਾ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਫਿਰ ਤੁਸੀਂ ਗੱਲ ਗੋਲਮੋਲ ਕਰ ਦਿੰਦੇ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਉਹ ਤਿੰਨ ਮੁੱਦੇ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਹੈ ਬੰਦੀ ਸਿੰਘਾਂ ਨੂੰ ਅਸੀਂ ਚੱਕ ਕੇ ਲਿਆਉਣਾ ਉਥੋਂ ਇਹਨਾਂ ਨੇ ਦੇਣੇ ਆ ਕਿਹੋ ਜੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਮੈਂ ਇਹਨਾਂ ਨੇ ਸਟੇਟ ਸਟੇਟ ਦੀਆਂ ਜੇਲ੍ਹਾਂ ਵਿੱਚ ਕਿਤੇ ਕੋਈ ਨਹੀਂ ਹੈਗਾ ਕਿਹੜਾ ਕੋਈ ਨਹੀਂ ਹੈਗਾ ਇੱਕ ਨਹੀਂ ਹੈ ਉਹਨਾਂ ਚੋਂ ਕੁਛ ਨਹੀਂ ਪੜਾਂ ਜੇ ਇੱਕ ਵੀ ਹੁੰਦਾ ਛੱਡ ਦਿੰਦੇ ਉਹਨੂੰ ਕੁਛ ਨਹੀਂ ਮੈਂ ਪਹਿਲਾਂ ਇਹਨਾਂ ਨੇ ਕਿਹਾ ਪਰ ਮੈਂ ਸਾਰੇ ਗੁਲਾਮ ਨੇ ਮੇਰੀ ਗੱਲ ਖਾ ਗਿਆ ਆ ਰਿਹਾ ਰੇ ਮੈਂ ਆ ਰਿਹਾ ਆ ਰਿਹਾ ਵਾਪਸ ਆਉਂਗਾ ਨੋ 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 ਇਹ ਤੇ ਗੱਲ ਗੱਲ ਸੀ ਤੂੰ ਹੋਰ ਪਾਸੇ ਲੜ ਰਿਹਾ ਰੁਕੋ ਇੱਕ ਮਿੰਟ ਰੁਕੋ ਜਿਹੜਾ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਤੁਸੀਂ ਰਾਜਵਾਨੇ ਦੀ ਗੱਲ ਇੱਕ ਮਿੰਟ ਪਲੀਜ਼ ਇਹਨਾਂ ਨੇ ਕਿਹਾ ਨਾ ਜੀ ਸਾਰੇ ਮੁਲਕੀ ਗੁਲਾਮ ਹੈ ਇਹ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਹੈ ਇਹ ਇਹਦੇ ਚ ਇੰਨੀ ਕੁ ਡਿਸਕ੍ਰਿਪਸ਼ਨ ਹੈ ਸਟੇਟ ਦੀ ਇਹ ਉਦੋਂ ਡਿਜ਼ਾਈਨ ਕੀਤੀ ਗਈ ਸੀ ਤੁਸੀਂ ਦੇ ਰਹੇ ਵੈਸਟਰਨ ਵਰਲਡ ਦੇ ਵਿੱਚ ਇੱਕ ਟਰਮ ਹੈਗੀ ਹੈ ਬਰਡਨ ਟਾਈਮ ਕਿਸੇ ਵੀ ਗਵਰਨਮੈਂਟ ਆਰਗੇਨਾਈਜੇਸ਼ਨ 'ਚ ਕਿਸੇ ਵੀ ਦਫ਼ਤਰ 'ਚ ਕਿਸੇ ਵੀ ਕਲੈਰੀਕਲ ਸਟਾਫ ਕੋਲ ਵੀ ਹਰ ਡਾਕੂਮੈਂਟ ਨੂੰ ਪ੍ਰੋਸੈਸ ਕਰਨ ਦਾ ਇੱਕ ਬਰਡਨ ਟਾਈਮ ਦਿੱਤਾ ਗਿਆ ਇਹ ਬਰਡਨ ਟਾਈਮ ਦਾ ਕਾਨਸੈਪਟ ਨਾ ਕਿਤੇ ਇੰਡੀਅਨ ਸਟੇਟ ਦੇ ਵਿੱਚ ਹੈਗਾ ਸੋ ਦੈਟ ਜਦੋਂ ਤੱਕ ਤੁਸੀਂ ਬਰਡਨ ਟਾਈਮ ਦੇ ਕੇ ਉਸ ਅਫਸਰ ਨੂੰ ਅਕਾਊਂਟੇਬਲ ਨਹੀਂ ਠਹਿਰਾਉਂਦੇ ਵੀ ਜਦ ਤੱਕ ਆ ਤੁਸੀਂ ਵਿਦ ਇਨ ਦਿਸ ਟਾਈਮ ਫਰੇਮ ਦਿਸ ਹੈਜ਼ ਟੂ ਬੀ ਪ੍ਰੋਸੈਸਡ ਤੇ ਉਦੋਂ ਜਿਨ੍ਹਾਂ ਨੂੰ ਇਹਨਾਂ ਨੇ ਪ੍ਰੋਸੈਸ ਕਰਨਾ ਹੁੰਦਾ ਇਸ ਕਾਨੂੰਨ ਦੇ ਵਿੱਚ ਉਹ ਕਰ ਦਿੰਦੇ ਨੇ ਜਿਨ੍ਹਾਂ ਨੂੰ ਨਹੀਂ ਕਰਦਾ ਲਟਕਦੇ ਰਹੋ ਮਰਦੇ ਰਹੋ ਸੈਕਿੰਡ ਸੈਕਿੰਡ ਇੱਕ ਮਿੰਟ ਲੈਟ ਮੀ ਕੰਪਲੀਟ ਉਦੋਂ ਬਾਅਦ ਲੈ ਲਿਓ ਜਦੋਂ ਕਿਸੇ ਵੀ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਤੇ ਇੱਕ ਚਾਰਜ ਲੱਗਿਆ ਹੋਇਆ ਬਿਸਾਈਡ ਅਦਰ ਚਾਰਜਿਸ ਫਾਰ ਵੇਜਿੰਗ ਵਾਰ ਅਗੇਂਸਟ ਸਟੇਟ ਆਫ ਇੰਡੀਆ ਠੀਕ ਹੈ ਜੀ ਇਫ ਦੇ ਆਰ ਵੇਜਿੰਗ ਅ ਵਾਰ ਅਗੇਂਸਟ ਸਟੇਟ ਆਫ ਇੰਡੀਆ ਦੈਨ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਦਾ ਸਟੇਟਸ ਅੰਡਰ ਵਿਆਨਾ ਕਨਵੈਨਸ਼ਨ ਤੇ ਇਹ ਇਹ ਜਦੋਂ ਚਾਰਜ ਕਰਨਾ ਉਦੋਂ ਤਾਂ ਵੇਜਿੰਗ ਅ ਵਾਰ ਹੋ ਗਿਆ ਜਦੋਂ ਜਦੋਂ ਜੇ ਜੇਲ੍ਹ ਕਰਨਾ ਜਾਂ ਉਹਨੂੰ ਸਜ਼ਾ ਯਾਫਤਾ ਕਰਨਾ ਉਦੋਂ ਚੱਕ ਕੇ ਇੱਕ ਮਾੜੇ ਕ੍ਰਿਮੀਨਲ ਤਰ੍ਹਾਂ ਕਰਤਾ ਦੇਖੋ ਚਲੋ ਵਕੀਲ ਸਾਹਿਬ ਨੇ ਫਰਮਾਇਆ ਹੈ ਵੀ ਜਦੋਂ ਫਾਂਸੀ ਦੀ ਸਜ਼ਾ ਹੋ ਜਾਵੇ ਉਹਦੇ 'ਚ ਸਟੇਟ ਗੌਰਮੈਂਟ ਜਿਹੜੀ ਹੈ ਨਹੀਂ ਕਰ ਸਕਦੀ ਕੁਛ ਪਰ ਮੈਂ ਇੱਕ ਗੱਲ ਜਿਹੜਾ ਵਾਰ ਵਾਰ ਸਾਰੀਆਂ ਧਿਰਾਂ ਕਈ ਵਾਰੀ ਸ਼ੱਕ ਕਰਦੀਆਂ ਉੱਠਦੀਆਂ ਮੈਂ ਇੱਕ ਬੇਨਤੀ ਕਰਦਿਆਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ 'ਚ ਅਪੀਲ ਨਾ ਕਰਦੀ ਤਾਂ ਸ਼ਾਇਦ ਭਾਈ ਰਾਜੋਆਣਾ ਅੱਜ ਇਸ ਦੁਨੀਆ 'ਤੇ ਨਾ ਹੁੰਦੇ ਇਸ ਕਰਕੇ ਜਿੰਨੀ ਕੁ ਪੈਰਵਾਈ ਹੋ ਰਹੀ ਹੈ ਕਰ ਰਹੇ ਹਾਂ ਠੀਕ ਹੈ ਉਹਦੇ 'ਚ ਕਮੀ ਪੇਸ਼ੀ ਹੈਗੀ ਹੈ ਤਾਂ ਉਹਦੇ 'ਚੋਂ ਲੱਗੇ ਹੋਏ ਹਾਂ ਦੁਬਾਰਾ ਫਿਰ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਹੀਦ ਜੇ ਮੰਨ ਲਓ ਸ਼ਹੀਦੀ ਵਾਲੀ ਹੀ ਗੱਲ ਚੰਗੀ ਲੱਗਦੀ ਹੈ ਇਹਨਾਂ ਇਸ ਧਿਰ ਨੂੰ ਲੱਗਦੀ ਹੈ ਕਾਂਗਰਸ ਨੂੰ ਤਾਂ ਲੱਗਣੀ ਹੈ ਕਿਉਂਕਿ ਇਹਨਾਂ ਦੇ ਮੁੱਖ ਮੰਤਰੀ ਨਾਲ ਜੁੜੀ ਹੋਈ ਤਲਕ ਹੈ ਅਤੇ ਪਰਲੇ ਪਾਸੇ ਮਾਨ ਸਾਹਿਬ ਨੂੰ ਤਾਂ ਲੱਗਣੀ ਹੈ ਕਿ ਇਹਨਾਂ ਨੂੰ ਇਹ ਗੱਲ ਸੌਖੀ ਲੱਗਦੀ ਹੈ ਪਰ ਜਿਹਨੇ ਫਾਂਸੀ 'ਤੇ ਲਟਕਣਾ ਉਹਦੀ ਗੱਲ ਹੁੰਦੀ ਹੈ ਔਰ ਇਹ ਇਹ ਪਿਰਤਾਂ ਦੀ ਗੱਲ ਸਭ ਤੋਂ ਜ਼ਿਆਦਾ ਫਾਈਟ ਕੀਤਾ ਰਾਜੋਣਾ ਸਾਹਿਬ ਜੀ ਵਿੱਚ ਨਾ ਬੋਲੋ ਨਾ ਚਰਨਜੀਤ ਦਰਬਾਰ ਇਹ ਤਾਂ ਨਾ ਬੋਲੋ ਗੱਲ ਹੋ ਸਕਦੀ ਹੈ ਵਿੱਚ ਨਾ ਬੋਲੋ ਦੇਖ ਕੇ ਮੰਗ ਰਿਹਾ ਵਿੱਚ ਨਾ ਬੋਲੋ ਨਾ ਬੋਲੋ ਕਾਂਗਰਸ ਦਾ ਕੈਪਟਨ ਨਾ ਬੋਲੋ ਤੁਸੀਂ ਆਪਦੀ ਗੱਲ ਕਰੋ ਉਹ ਮੰਗ ਰਿਹਾ ਮੈਨੂੰ ਫਾਹੇ ਲਾ ਦਿਓ ਮੇਰਾ ਇੱਕ ਪਾਸ ਤਰਫਾ ਫੈਸਲਾ ਕਰੋ ਤੁਸੀਂ ਲਟਕਾ ਰਹੇ 6 ਸਾਲ ਦਾ ਤੁਸੀਂ ਕੀ ਚਾਹੁੰਦੇ ਹੋ ਮੈਂ ਇੱਕ ਬੇਨਤੀ ਕਰਦਿਆਂ ਇਹਨਾਂ ਨੇ ਗੱਲ ਸੰਧੂ ਸਾਹਿਬ ਨੇ ਕੀਤੀ ਕਿ ਰਾਜੋਆਣਾ ਦੀ ਗੱਲ ਕਰੋ ਤੇ ਵਿੱਚ ਗੱਲ ਕਰਕੇ ਜੋਧਪੁਰ ਦੇ ਕੈਦੀਆਂ ਦੀ ਪਹਿਲੀ ਗੱਲ ਮੈਂ ਇਹਨਾਂ ਨੂੰ ਸਵਾਲ ਪੁੱਛਾਂ ਜੋਧਪੁਰ ਦੇ ਕੈਦੀ ਕੋਈ ਨਹੀਂ ਇੱਕ ਮਿੰਟ ਗੱਲ ਤਾਂ ਸੁਣ ਲਿਆ ਕਰੋ ਸੰਧੂ ਸਾਹਿਬ ਨਾ ਤੁਸੀਂ ਬਾਲਾ ਬੋਲਿਆ ਕਰੋ ਬਾਲੇ ਬੋਲਣ ਮੇਰਾ ਇਹ ਸਵਾਲ ਹੈ ਕਿ ਜੋਧਪੁਰ ਦੇ ਕੈਦੀ ਬਣੇ ਕਿਉਂ ਸੀ ਕਾਂਗਰਸ ਦੀ ਦੇਣ ਸੀ ਇੱਕ ਦੂਜੀ ਗੱਲ ਪਿੱਠ ਥਪਤ ਪਾਈ ਜਾਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਤੋਂ ਲਾ ਕੇ ਅਖੀਰ ਤੱਕ ਸਾਰਾ ਕੇਸ ਲੜਿਆ ਔਰ ਸਾਰੇ ਦਾ ਉਹ ਅਦਾਲਤ ਦੇ ਫੈਸਲੇ ਤੇ ਪੈਸੇ ਦਿੱਤੇ ਆ ਤੁਸੀਂ ਕੋਈ ਸਾਨ ਨਹੀਂ ਕੀਤਾ ਅਗਲਿਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਸਾਨ ਕੀਤਾ ਦੇਤਾ ਦਿੱਤਾ ਦੂਜੀ ਗੱਲ ਯਾਰ ਚੁੱਪ ਤਾਂ ਕਰ ਜਾ ਸੰਧੂ ਸਾਹਿਬ ਤੂੰ ਤੁਸੀਂ ਕੋਈ ਘਰੋਂ ਥੋੜੀ ਦਿੱਤੇ ਕੈਪਟਨ ਨੇ ਆਪਦੇ ਕੋਲ ਮਹਿਲ ਵੇਚ ਕੇ ਥੋੜੀ ਦਿੱਤੇ ਦਿੱਤੇ ਤਾਂ ਹੈ ਅਦਾਲਤ ਦੇ ਹੁਕਮ ਤੇ ਦਿੱਤੇ ਆ ਉਹ ਵੀ ਸਰਕਾਰੀ ਪੈਸੇ ਸਾਰੇ ਤੁਹਾਡੀਆਂ ਜੇਬਾਂ ਚ ਨੇ ਦੇਣੇ ਕਿਹਨੂੰ ਤੁਸੀਂ ਉਹ ਹੀ ਗੱਲਾਂ ਆਪਾਂ ਕਰੀ ਜਾਂਦੇ ਮੇਰੇ ਮੂੰਹ ਚੋਂ ਕੁਝ ਹੋਰ ਨਿਕਲੂਗਾ ਫਿਰ ਤੁਸੀਂ ਗੁੱਸਾ ਕਰੋਗੇ ਬੋਲਣ ਦੀ ਆਦਤ ਹੈਗੀ ਤੁਹਾਨੂੰ ਮੈਂ ਇੱਥੇ ਕਰਨ ਕੀ ਆ ਮੇਰੀ ਬੇਨਤੀ ਹੈ ਜਿਹੜਾ 1,00,000 ਰੁਪਇਆ ਪਹਿਲਾਂ ਵੀ ਦਿੱਤਾ ਸੀ ਨਾ 8/12/2001 ਨੂੰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਫੈਸਲਾ ਕਰਕੇ ਗਏ 14/12 ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਕੁਦਰਤੀ 3-4 ਦਿਨ ਬਾਅਦ ਜਦੋਂ ਨੂੰ ਡੀਸੀ ਨੇ ਪੈਸੇ ਡਿਸਬਰਸ ਕਰਨੇ ਸੀ ਇਲੈਕਸ਼ਨ ਕੋਡ ਲੱਗ ਗਿਆ ਸੀ 4.5 ਸਾਲ ਬਾਅਦ ਉਦੋਂ ਪੈਸੇ ਦਿੱਤੇ ਸੀ ਤੇ ਹੁਣ ਵੀ ਜਿਹੜਾ ਫੈਸਲਾ ਸੀ ਇਸ 14 ਮਹੀਨੇ ਤੇ 16 ਦਿਨਾਂ ਬਾਅਦ ਲਾਗੂ ਕੀਤਾ ਜਦੋਂ ਪਤਾ ਲੱਗ ਗਿਆ ਕਿ ਸੈਂਟਰ ਜਾਰੀ ਕਰਨ ਲੱਗਿਆ ਤੇ ਉਦੋਂ ਇਹ ਕਾਲੀ ਕਾਲੀ ਦੇ ਵਿੱਚ ਕੀਤਾ ਇਸ ਕਰਕੇ ਚਲੋ ਸਰਕਾਰ ਨੇ ਮੇਰੀ ਬੇਨਤੀ ਇਹਨਾਂ ਕਾਂਗਰਸ ਨੇ ਬੜਾ ਲੰਬਾ ਸਮਾਂ ਰੱਖਿਆ ਕੁਝ ਅਫਸਰ ਐਸੇ ਹੁੰਦੇ ਆ ਜਿਨ੍ਹਾਂ ਨੇ ਅਪੀਲ ਕਰ ਲਈ ਔਰ ਅਪੀਲ ਵੀ ਡਿਸਮਿਸ ਕਰ ਲਈ ਸਿਆਸਤ ਆ ਜਿਹੜੀ ਉਹ ਜਿਵੇਂ ਸੂਟ ਕਰਦਾ ਉਵੇਂ ਗੱਲ ਕਰਦੀ ਹੈ ਰਾਜੋਆਣਾ ਤੇ ਕੀ ਕਰੇਗੀ ਰਾਜਨੀਤੀ ਇਹ ਰੋਲਾ ਪੈਂਦਾ ਹੀ ਰਹਿਣਾ ਬ੍ਰੇਕ ਤੋਂ ਵਾਪਸ ਆ ਰਹੇ ਨੇ ਹੋਰ ਸਵਾਲ ਕਰਾਂਗੇ ਜ਼ਰੂਰ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਨੇ ਸਿਆਸਤ ਅੱਗੇ ਕਿਹੜਾ ਸਵਾਲ ਖੜਾ ਕੀਤਾ
ਕਰਨਲ ਸਪੀਅਰ ਮਤਲਬ ਇਸ ਸਵਾਲ ਦਾ ਮੈਂ ਜਵਾਬ ਦੇ ਦਿਉ। ਮੈਂ ਪਹਿਲਾਂ ਦੱਸ ਦਵਾਂ ਇਹ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਅਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਬੁਲਾਰੇ ਇੱਥੋਂ ਜਾ ਚੁੱਕੇ ਨੇ, ਉਹਨਾਂ ਨੂੰ ਕੋਈ ਕੰਮ ਹੈ, ਉਹਨਾਂ ਨੇ ਕੰਮ ਦੱਸਿਆ ਹੈਗਾ ਅਤੇ ਪਤਾ ਨਹੀਂ ਉਹਨਾਂ ਨੇ ਨਾਰਾਜ਼ ਕੀ ਹੈਗੀ। ਹਾਂਜੀ ਪੀਰਮਲ ਸਾਹਿਬ, ਦੇਖੋ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਹੋਵੇ ਜਾਂ ਕਿਸੇ ਵੀ ਸਿੱਖ ਪ੍ਰਿਜਨਰ ਦਾ ਮਸਲਾ ਹੋਵੇ ਜਾਂ ਇਸ ਦੇਸ਼ ਦੇ ਵਿੱਚ ਕੋਈ ਵੀ ਉਹ ਵਿਅਕਤੀ ਜਿਸ ਨੂੰ ਕਾਨੂੰਨ ਨੇ ਸਜ਼ਾ ਦਿੱਤੀ ਹੋਵੇ ਔਰ ਉਹ ਸਜ਼ਾ ਤੋਂ ਅੱਗੇ ਜਾ ਕੇ ਉਹ ਇੰਨੀ ਜ਼ਿਆਦਾ ਸਜ਼ਾ ਕੱਟ ਚੁੱਕਾ ਹੋਵੇ ਅਤੇ ਉਸ ਦਾ ਫੈਸਲਾ ਨਾ ਹੋਵੇ ਅਤੇ ਨੈਤਿਕ ਫਰਜ਼ ਬਣਦਾ ਸਿਸਟਮ ਦਾ, ਚਾਹੇ ਉਹ ਇੱਥੋਂ ਦਾ ਜੁਡੀਸ਼ਲੀ ਸਿਸਟਮ ਹੈ ਚਾਹੇ ਇੱਥੋਂ ਦਾ ਰਾਜਨੀਤਿਕ ਸਿਸਟਮ ਹੈ, ਕਿ ਉਸ ਵਿਅਕਤੀ ਨੂੰ ਫਰੀ ਕੀਤਾ ਜਾਵੇ। ਲੇਕਿਨ ਇੱਥੇ ਨਹੀਂ ਹੋਇਆ। ਇੱਥੇ ਮੈਂ ਇਹੋ ਹੀ ਮਿੱਤਲ ਸਾਹਿਬ ਨੂੰ ਸਵਾਲ ਕੀਤਾ ਸੀ ਕਿ ਇਸ ਦੇਸ਼ ਦੇ ਵਿੱਚ ਜਦੋਂ ਕਾਨੂੰਨ ਏਕੇ ਫਿਰ ਕਾਨੂੰਨ ਦੀ ਪਰਿਭਾਸ਼ਾ ਨੂੰ ਕਿਉਂ ਬਦਲ ਦਿੱਤਾ ਜਾਂਦਾ ਹੈ ਜਿੱਥੇ ਘੱਟ ਗਿਣਤੀ ਦੇ ਲੋਕ ਨੇ ਉਹ ਮਹਿਸੂਸ ਕਰ ਰਹੇ ਨੇ, ਇਕੱਲੇ ਸਿੱਖ ਨਹੀਂ ਕਰ ਰਹੇ, ਈਸਾਈ ਜੈਨੀ ਬੋਧੀ ਮੁਸਲਮਾਨ ਸਾਰੇ ਕਰ ਰਹੇ ਨੇ, ਕਿਉਂਕਿ ਉਹਨਾਂ ਨਾਲ ਸੰਬੰਧਿਤ ਜਦੋਂ ਵੀ ਕੋਈ ਵਿਅਕਤੀ ਕਿਸੇ ਕੇਸ ਦੇ ਵਿੱਚ ਫਸ ਜਾਂਦਾ ਤਾਂ ਉਹਦੇ ਨਾਲ ਇੱਕ ਵੱਖਰਾ ਸੁਣਾਈ ਗਈ ਹੈ। ਇਹਦੇ ਵਿੱਚ ਵੀ ਕਾਨੂੰਨ ਤੇ ਸਵਾਲ ਹੈ। ਦੇਖੋ ਫਾਂਸੀ ਦੀ ਸਜ਼ਾ ਤਾਂ ਉਹਨਾਂ ਨੇ ਮੰਨ ਲਈ, ਉਹ ਜਿੰਨੇ ਵੀ ਇਸ ਕੇਸ ਦੇ ਵਿੱਚ ਤਕਰੀਬਨ 7 ਦੇ ਕਰੀਬ ਜਿਹੜੇ ਹੈਗੇ ਨੇ ਸਿੰਘ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ, ਇੱਥੇ ਬੜੈਲ ਜੇਲ੍ਹ ਦੇ ਵਿੱਚ ਵੀ ਬੈਠੇ ਨੇ, ਭਾਈ ਗੁਰਮੀਤ ਸਿੰਘ ਹੈ, ਭਾਈ ਸ਼ਮਸ਼ੀਰ ਸਿੰਘ ਹੈ, ਭਾਈ ਲਖਵਿੰਦਰ ਸਿੰਘ ਹੈ, ਭਾਈ ਜਗਤਾਰ ਸਿੰਘ ਤਾਰਾ ਹੈ, ਉੱਥੇ ਭਾਈ ਜਗਤਾਰ ਸਿੰਘ ਹਵਾਰਾ ਨੇ, ਬਲਵੰਤ ਸਿੰਘ ਰਾਜੋਆਣਾ ਹੈ। ਇਸ ਤਰ੍ਹਾਂ ਕਰਕੇ ਇਹ ਸਾਰੇ ਵੀਰ ਜਿਹੜੇ ਆ ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਸਿਸਟਮ ਨੇ ਅੱਜ ਵੀ ਬੰਨ ਕੇ ਰੱਖਿਆ ਹੋਇਆ, ਫੈਸਲੇ ਕਿਉਂ ਨਹੀਂ ਫੈਸਲਾ, ਅਸੀਂ ਇਹ ਗੱਲ ਕਹਿੰਦੇ ਕਿ ਰਾਜਨੀਤਿਕ ਇਸ ਸਿਸਟਮ ਨੂੰ ਇਹਨਾਂ ਤੋਂ ਡਰ ਲੱਗਦਾ, ਬਿਲਕੁਲ ਬਿਲਕੁਲ ਹਰ ਸਿੱਖ ਤੋਂ ਹੀ ਲੱਗ ਰਿਹਾ, ਇੰਝ ਲੱਗ ਰਿਹਾ ਕਿ ਜਿਹੜਾ ਤੁਸੀਂ ਦੇਖੋ ਕਿ ਜਿਹੜੇ ਸ਼ਹੀਦ ਕਰ ਦਿੱਤੇ ਗਏ ਨਵੰਬਰ 1984 ਦੇ, ਉਹਨਾਂ ਦੇ ਉੱਤੇ SIT ਬਣਾਉਂਦੀ ਹੈ BJP ਸਰਕਾਰ, ਔਰ ਅੱਜ 4 ਸਾਲ ਤੋਂ ਵੱਧ ਸਮਾਂ ਹੋ ਗਿਆ ਕਿ ਅਸੀਂ SIT ਦਾ 6 ਮਹੀਨੇ ਦੇ ਵਿੱਚ ਨਿਪਟਾਰਾ ਕਰਾਂਗੇ। ਅੱਜ ਤੁਸੀਂ ਦੇਖੋ ਕਿ ਉਹ 3 ਮੈਂਬਰ ਹੀ ਨਹੀਂ ਪੂਰੇ ਕੀਤੇ ਗਏ, ਰਾਜਦੀਪ ਸਿੰਘ ਜਿਹੜੇ ਇੱਕ 3ਜੇ ਮੈਂਬਰ ਨੇ ਉਹਨਾਂ ਦੀ ਜਗ੍ਹਾ ਅਪੁਆਇੰਟ ਹੀ ਨਹੀਂ ਕੀਤਾ ਗਿਆ, ਤੇ ਤੁਸੀਂ ਇਹ ਦੇਖੋ ਕਿ ਸਾਰਾ ਮਾਮਲਾ ਵਿਤਕਰੇ ਦਾ ਹੀ, ਬਹੁਤ ਵੱਡਾ ਵਿਤਕਰਾ, ਥੋੜਾ ਨਹੀਂ ਬਹੁਤ ਵੱਡਾ ਵਿਤਕਰਾ ਹੋ ਗਿਆ। ਇਸ ਚੀਜ਼ ਨੂੰ ਤੋੜੋ ਨਾ ਤੁਸੀਂ, ਨਹੀਂ ਕੋਈ ਵਿਤਕਰਾ ਨਹੀਂ ਹੈ ਮੇਰਾ ਖਿਆਲ ਹੈ ਪੀਰ ਮੁਹੰਮਦ ਸਾਹਿਬ ਨੂੰ ਕੁਝ, ਮੈਂ ਕਿਉਂਕਿ ਹੁਣ ਕਾਂਗਰਸ ਤੇ ਗੱਲ ਆਉਣੀ ਸੀ ਤਾਂ ਗੁਰਪ੍ਰੀਤ ਸਿੰਘ ਭੱਜ ਗਏ। ਨਹੀਂ ਨਹੀਂ ਮੈਂ ਕੁਝ ਚੀਜ਼ਾਂ ਦਾ ਕਲੈਰੀਫਾਈ ਕਰਦਾ, ਜਿਹੜੇ ਮੁਲਜ਼ਮ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਇਸ ਕੇਸ ਦੇ ਵਿੱਚ, 3 ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ, ਉਹ ਜੇਲ੍ਹ ਦੇ ਵਿੱਚ ਨੇ। ਜਗਤਾਰ ਸਿੰਘ ਹਵਾਰਾ ਨੂੰ ਪਹਿਲੇ ਉਹਨਾਂ ਨੂੰ ਵੀ ਸਜ਼ਾ ਹੋਈ ਸੀ, ਬਾਅਦ ਦੇ ਵਿੱਚ ਹਾਈਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਜਿਹੜੀ ਪਾਈ ਸੀ ਉੱਥੇ ਉਹ ਲਾਈਫ ਇੰਪ੍ਰਿਜ਼ਨਮੈਂਟ 'ਚ ਕਨਵਰਟ ਕਰ ਦਿੱਤੀ ਗਈ ਸੀ। ਹੁਣ ਉਹਨਾਂ ਦੀ ਜਿਹੜੀ ਅਪੀਲ ਹੈ ਉਹ ਸੁਪਰੀਮ ਕੋਰਟ 'ਚ CBI ਨੇ ਫਾਈਲ ਕੀਤੀ ਸੀ ਉਦੋਂ ਜਦੋਂ ਫੈਸਲਾ ਹੋਇਆ ਸੀ, ਅਤੇ ਉਹ ਉੱਥੇ ਪੈਂਡਿੰਗ ਹੈ। ਔਰ ਇਸ ਕਰਕੇ ਕੋਈ ਸਿਸਟਮ ਨੇ ਜਾਂ ਕੋਈ ਜੁਡੀਸ਼ਰੀ ਨੇ ਉਹਨਾਂ ਨੂੰ ਲਟਕਾਇਆ ਹੋਇਆ, ਐਸਾ ਕੁਛ ਨਹੀਂ। ਉਹ ਜੋ ਸਜ਼ਾ ਹੈ ਉਹਦੇ ਮੁਤਾਬਕ ਉਹ ਆਪਣਾ ਕਰ ਰਹੇ। ਜਿੱਥੇ ਤੱਕ ਇਹਨਾਂ ਦਾ ਕੇਸ ਹੈਗਾ, ਪਟੀਸ਼ਨ ਜਿਹੜੀ ਫਾਈਲ ਹੋਈ ਸੀ 2012 'ਚ, ਉਸ ਦੇ ਉੱਤੇ ਫਾਂਸੀ ਦੀ ਸਜ਼ਾ ਰੋਕ ਦਿੱਤੀ ਗਈ ਸੀ। ਉਸ ਤੋਂ ਬਾਅਦ ਉਹ ਕੇਸ 2 ਸਾਲ ਕਾਂਗਰਸ ਦੀ ਸਰਕਾਰ ਰਹੀ ਉਦੋਂ ਪੈਂਡਿੰਗ ਰਿਹਾ। ਹੁਣ ਜਿਹੜਾ ਹੈਗਾ ਮੈਟਰ, ਇਹ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਉਹਨਾਂ ਨੇ ਕਿਹਾ ਕਿ ਅਸੀਂ ਜਾਵਾਂਗੇ, ਔਰ ਮੈਂ ਪਹਿਲੇ ਵੀ ਗੱਲ ਕਹੀ ਹੈ ਕਿ ਹੋਮ ਮਿਨਿਸਟਰੀ ਕੋਲ ਜਾਣਗੇ, ਕਿਉਂਕਿ ਵੈਸੇ ਮੈਟਰ ਆਲਰੇਡੀ ਰਾਸ਼ਟਰਪਤੀ ਕੋਲ ਜਾ ਚੁੱਕਿਆ ਫਾਈਲ, ਅਤੇ ਉਹ ਹੋ ਸਕਦਾ ਉਹਨਾਂ ਨੇ ਕਮੈਂਟਸ ਭੇਜਣੇ ਹੋਣ, ਤਾਂ ਮੈਨੂੰ ਪੂਰੀ ਉਮੀਦ ਹੈ ਕਿ ਹੋਮ ਮਿਨਿਸਟਰੀ ਦੇ ਉੱਤੇ ਬਿਲਕੁਲ ਸਹੀ ਔਰ ਜਲਦੀ ਤੋਂ ਜਲਦੀ ਫੈਸਲਾ ਕਰੇਗੀ। ਚੰਸੀ ਬਰਾੜ, ਤੁਹਾਨੂੰ ਕੀ ਉਮੀਦ ਜਾਪਦੀ ਹੋਣ, ਕਿਉਂਕਿ ਤੁਹਾਡੀ ਭਾਈਵਾਲ ਪਾਰਟੀ ਆ। ਦੇਖੋ ਇਹਦੇ 'ਚ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹੈ ਕਿ ਜਿੱਥੇ ਮੰਨ ਲਓ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਨਾਲ ਸੀ ਜਾਂ ਦੂਜੇ ਸੀਗੇ, ਉਹਨਾਂ ਨੇ ਅਪੀਲ ਕੀਤੀ ਅਤੇ ਅਪੀਲ ਉਮਰ ਕੈਦ ਦੇ ਵਿੱਚ ਬਦਲ ਚੁੱਕੀ ਹੈ, ਔਰ ਮੈਨੂੰ ਲੱਗਦਾ ਕਿ ਮਾਨਯੋਗ ਹਾਈਕੋਰਟ ਦੇ ਵਿੱਚੋਂ ਜਿਹੜਾ ਫੈਸਲਾ ਹੋਇਆ ਉਹ ਫੈਸਲਾ ਵੀ ਇਸ ਪਟੀਸ਼ਨ ਨਾਲ ਵੀ ਜਾ ਕੇ ਜ਼ਰੂਰ, ਜਦੋਂ ਰਿਪੋਰਟ ਮੰਗੀ ਹੈ ਹੋਮ ਤੋਂ ਉਹ ਲੱਗੇਗਾ ਹੀ, ਕੁਦਰਤੀ ਹੈ। ਉਮੀਦ ਕਰਦੇ ਹਾਂ ਕਿ ਰਾਸ਼ਟਰਪਤੀ ਸਾਹਿਬ ਜਿਵੇਂ ਹਵਾਰਾ ਦੀ ਜਿਹੜੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ, ਭਾਵੇਂ ਕੇਸ ਸੁਪਰੀਮ ਕੋਰਟ 'ਚ ਪੈਂਡਿੰਗ ਹੈ, ਪਰ ਫਾਈਨਲ ਜਿੱਥੋਂ ਤੱਕ ਸਜ਼ਾ ਬਹਾਲ ਹੋਈ ਹੈ ਤਾਂ ਮੇਰਾ ਖਿਆਲ ਉਹ ਕੇਸ ਨਾਲ ਲਾ ਕੇ ਉਮੀਦ ਕਰਦੇ ਹਾਂ ਇਹਨਾਂ ਦੀ ਜਿਹੜੀ ਸਜ਼ਾ ਹੈ ਉਹ ਜ਼ਰੂਰ ਉਹ ਉਮਰ ਕੈਦ 'ਚ ਹੋ ਸਕਦੀ ਹੈ। ਪਰ ਮੈਂ ਇੱਕ ਬੇਨਤੀ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਦੇਸ਼ ਦੇ ਵਿੱਚ ਮਾਹੌਲ ਨਹੀਂ ਬਣਨਾ ਚਾਹੀਦਾ। 84 ਦੇ ਵਿੱਚ ਕਤਲੇਆਮ ਕਰਕੇ ਜੋ ਕਾਂਗਰਸ ਨੇ ਮਾਹੌਲ ਪੈਦਾ ਕੀਤਾ ਉਸੇ ਦੀ ਸਿਰਜਣਾ ਹੀ ਇਹ ਭਾਵੇਂ ਰਾਜੋਆਣਾ ਸੀ ਉਸੇ 'ਚੋਂ ਹੋਈ ਹੈ, ਭਾਵੇਂ ਜਗਤਾਰ ਸਿੰਘ ਹਵਾਰਾ ਸੀ ਉਸੇ 'ਚੋਂ ਹੋਈ ਹੈ, ਕਿਉਂਕਿ ਕਾਂਗਰਸ ਪਾਰਟੀ ਉਸ ਸਮੇਂ ਦੀ ਨੇ ਬਹੁਤ ਵੱਡਾ ਕਤਲੇਆਮ ਸਾਰੇ ਦਿੱਲੀ ਦੇ ਵਿੱਚ ਵੀ ਕਰਾਇਆ, ਪੰਜਾਬ ਦੇ ਵਿੱਚ ਜੋ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰ ਕੀਤਾ। ਇਹ ਸਾਰੀਆਂ ਉਪਜਾਂ ਨੇ, ਕਿਸੇ ਨਾ ਕਿਸੇ ਕੋਈ ਕਾਰਨ ਬਣਿਆ, ਕੋਈ ਐਵੇਂ ਸਿੱਧੇ ਤੌਰ 'ਤੇ ਨਹੀਂ ਵੀ ਤੁਰੇ ਜਾਂਦੇ ਨੇ ਇਹਨਾਂ ਨੇ ਮਨ ਬਣਾ ਲਿਆ ਕਿ ਅਸੀਂ ਫਲਾਣੇ ਬੰਦੇ ਨੂੰ ਜਿਹੜਾ ਹੈਗਾ ਮਾਰ ਦਈਏ। ਇਸ ਕਰਕੇ ਮੈਨੂੰ ਲੱਗਦਾ ਇੱਕ ਤਾਂ ਇਹ ਦੇਸ਼ ਦੇ ਵਿੱਚ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਵੀ,
ਕਿਸੇ ਦੀ ਸਰਕਾਰ ਹੋਵੇ ਕੁਛ ਹੋਵੇ ਜਿਵੇਂ ਇਹੀ ਹੈ ਇਹ ਕੋਈ ਮਿਤੀ ਤੈਅ ਕੀਤੀ ਹੋਵੇ ਦਿਨ ਤੈਅ ਕੀਤੇ ਹੋਣ ਵੀ ਇਹਦਾ 30 ਦਿਨ 'ਚ ਫੈਸਲਾ ਹੋਣਾ ਇਹਦਾ 60 ਦਿਨ 'ਚ ਹੋਣਾ ਇਹਦਾ 90 ਦਿਨ 'ਚ ਹੋਣਾ ਤਾਂ ਮੇਰਾ ਖਿਆਲ ਹੈ ਇਹ ਮੁੜ ਕੇ ਸਿਸਟਮ ਦੇ ਉੱਤੇ ਸਵਾਲ ਜਿਹੜਾ ਨਹੀਂ ਉੱਠੂਗਾ। ਦੂਜੀ ਮੈਂ ਬੇਨਤੀ ਕਰਾਂ ਜਿਵੇਂ ਪੀਰ ਮੁਹੰਮਦ ਸਾਹਿਬ ਨੇ ਫਰਮਾਇਆ ਹੈ ਕਿ ਜਿਹੜਾ 84 ਦੇ ਕਤਲੇਆਮ ਪਿੱਛੇ ਇਹਦੇ ਹਰ ਸਿੱਖ ਦੇ ਮਨ ਦੇ ਵਿੱਚ ਗਰੱਜ ਹੈ ਉਹ ਭਾਵੇਂ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਖਿੱਤੇ ਦੇ ਵਿੱਚ ਬੈਠਾ ਉਹਦੇ ਪ੍ਰਤੀ ਵਾਕਈ ਇਨਸਾਫ ਨਹੀਂ ਮਿਲਿਆ ਅਤੇ ਸਿੱਖਾਂ ਦੇ ਦਿਲਾਂ ਦੇ ਉੱਤੇ ਮੱਲਮ ਹਲੇ ਨਹੀਂ ਲੱਗੀ। ਉਮੀਦ ਕਰਦੇ ਹਾਂ ਪਰਮਾਤਮਾ ਹੀ ਕੋਈ ਐਸਾ ਕ੍ਰਿਸ਼ਮਾ ਕਰੇ ਕਿ ਇਹ ਸਿੱਖਾਂ ਦੇ ਮਲਮਾਂ 'ਤੇ ਜਿਹੜੀ ਜ਼ਖਮਾਂ 'ਤੇ ਮਲਮ ਲੱਗੇ ਕਿਉਂਕਿ 34-35 ਸਾਲ ਹੋ ਚੱਲੇ ਆ ਅਤੇ ਕੋਈ ਗੱਲ ਲੜ ਸਿਰੇ ਵੱਜ ਨਹੀਂ ਰਹੀ ਅਤੇ ਨਾ ਹੀ ਅਦਾਲਤਾਂ ਬਣ ਰਹੀਆਂ ਨਾ ਹੀ ਕੋਈ ਜਾਂਚ ਏਜੰਸੀਆਂ ਬਣ ਰਹੀਆਂ ਕਿਸੇ ਪਾਸੇ ਵੀ ਕੋਈ ਲੱਗ ਨਹੀਂ ਰਹੀ ਇਹਦੇ ਲਈ ਹਰੇਕ ਸਿੱਖ ਦਾ ਦਿਲ ਹੈ ਉਹ ਜਿਹੜਾ ਦੁਖੀ ਹੈ। ਅਕਾਲੀ ਦਲ ਨਿਰਾਸ਼ ਇਸ ਮਾਮਲੇ ਦੇ ਵਿੱਚ ਨਹੀਂ ਮੈਂ ਕਾਰਨ ਹੈ ਅਕਾਲੀ ਦਲ ਮੇਰੇ ਬਲੂ ਸਟਾਰ ਦੇ ਦਸਤਾਵੇਜ਼ ਆ ਉਹ ਜਨਤਕ ਨਹੀਂ ਮੇਰੀ ਇਹ ਬੇਨਤੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੇਰੀ ਇਹ ਬੇਨਤੀ ਹੈ ਅਕਾਲੀ ਦਲ ਤਾਂ ਇੱਕ ਜਿਹੜੇ ਖਿੱਤੇ ਦੇ ਲੋਕ ਆ ਉਹ ਹੈ ਮੈਂ ਹਰ ਸਿੱਖ ਦਾ ਕਹਿਤਾ ਭਾਵੇਂ ਉਹ ਕਿਸੇ ਵੀ ਪਾਰਟੀ 'ਚ ਬੈਠਾ ਉਹਦੇ ਮਨ ਦੇ ਵਿੱਚ ਚੀਜ਼ ਜ਼ਰੂਰ ਉਗੜਦੀ ਹੈ ਕਿ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਹਰ ਹਾਲਤ 'ਚ ਮਿਲਣੀ ਚਾਹੀਦੀ ਹੈ ਉਹ ਭਾਵੇਂ ਦੇਸ਼ 'ਚ ਬੈਠਾ ਭਾਵੇਂ ਵਿਦੇਸ਼ 'ਚ ਬੈਠਾ ਭਾਵੇਂ ਕਿਸੇ ਵੀ ਮੁਲਕ ਦੇ ਵਿੱਚ ਬੈਠਾ ਉਹਨਾਂ ਦੇ ਮਨਾਂ ਦੇ ਵਿੱਚ ਇਹ ਟੀਸ ਜ਼ਰੂਰ ਹੈਗੀ ਹੈ ਜ਼ਰੂਰ ਅਦਾਲਤਾਂ ਨੂੰ ਇਹਦੇ 'ਚ ਧਿਆਨ ਦੇਣਾ ਚਾਹੀਦਾ ਜ਼ਰੂਰ ਸਰਕਾਰਾਂ ਦੀਆਂ ਏਜੰਸੀਆਂ ਨੂੰ ਦੂਜਾ ਤੀਜਾ ਸਭ ਨੂੰ ਧਿਆਨ ਦੇ ਕੇ ਇਨਸਾਫ ਜ਼ਰੂਰ ਦੇਣਾ ਚਾਹੀਦਾ। ਠੀਕ ਹੈ ਜਗਮੋਹਨ ਸਿੰਘ ਭੱਟੀ ਸਾਹਿਬ ਆਖਰੀ ਕਮੈਂਟ ਤੁਹਾਡੇ ਚਾਹੀਦੀ ਹੈ। ਜਗਮੋਹਨ ਸਿੰਘ ਭੱਟੀ ਸਾਹਿਬ ਰਾਜੂਆਣਾ ਦੇ ਕੇਸ ਦੇ ਵਿੱਚ ਕਾਨੂੰਨ ਹੁਣ ਕੀ ਕਰ ਸਕਦਾ ਜਾਂ ਸਿਰਫ ਸਿਆਸਤ ਨਹੀਂ ਕਰਨਾ ਜੋ ਕਰਨਾ? ਆਜ਼ਾਦੀ ਤੋਂ ਪਹਿਲੇ ਇੱਕ ਕਨਸੈਪਟ ਸੀਗਾ ਨੋ ਅਪੀਲ ਨੋ ਵਕੀਲ ਨੋ ਦਲੀਲ ਜਿਹਦੇ ਉੱਤੇ ਸਾਡੇ ਉਸ ਵੇਲੇ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀਗੀ ਪ੍ਰੋਟੈਸਟ ਕੀਤੇ ਸੀਗੇ ਔਰ ਮਾਰਚ ਕੀਤੇ ਸੀਗੇ ਵੀ ਇਹ ਕਾਲੇ ਕਾਨੂੰਨ ਨੇ ਔਰ ਉਹ ਜਿਹੜੀ ਕਨਸੈਪਟ ਹੈ ਨੋ ਅਪੀਲ ਨੋ ਵਕੀਲ ਨੋ ਦਲੀਲ ਦਾ ਉਹ ਅੱਜ ਵੀ ਚੱਲਿਆ ਆ ਰਿਹਾ ਔਰ ਰਾਜਵਾਨਾ ਸਾਹਿਬ ਦੀ ਜਿਹੜੀ ਭੁੱਖ ਹੜਤਾਲ ਹੈ ਉਹ ਆਪਣੇ ਆਪ ਵਿੱਚ ਇਹ ਇੱਕ ਬੜਾ ਵੱਡਾ ਪ੍ਰੋਟੈਸਟ ਹੈ ਸਰਕਾਰ ਵਾਸਤੇ ਔਰ ਦੇਸ਼ ਦੇ ਲੋਕਾਂ ਵਾਸਤੇ ਜਿਹਨੂੰ ਚਿਤਾਇਆ ਉਹਨਾਂ ਨੇ ਆਪਣੇ ਇੱਕ ਮਾਧਿਅਮ ਰਾਹੀਂ ਭੁੱਖ ਹੜਤਾਲ ਕਰਕੇ ਵੀ ਅਜਿਹੀਆਂ ਚੀਜ਼ਾਂ ਹੋ ਰਹੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਤਾਂ ਵਿਕਟਮ ਹਾਂ ਲੇਕਿਨ 34 ਸਾਲ ਦੇਖੋ ਤੁਸੀਂ ਬਲੂ ਸਟਾਰ ਓਪਰੇਸ਼ਨ ਦੇ 84 ਦੇ ਦੰਗਿਆਂ ਦੇ ਅਤੇ ਇੱਧਰੋਂ 22 ਸਾਲ ਦੇਖੋ ਤੁਸੀਂ ਰਾਜਵਾਨਾ ਸਾਹਿਬ ਨੂੰ ਇੱਕ ਸਜ਼ਾ ਜਿਸ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਜਾਂ ਉਹਨਾਂ ਦਾ ਕੇਸ ਡੀਲ ਕੀਤਾ ਜਾ ਰਿਹਾ ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਚੀਜ਼ ਹੈ ਜਿਹਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਨੂੰ ਸਿਊਮੋਟੋ ਜਿਹੜੀ ਹੈ ਪਾਵਰ ਆਪਣੀ ਐਕਸਰਸਾਈਜ਼ ਕਰਕੇ ਗਾਈਡਲਾਈਨਸ ਇਸ਼ੂ ਕਰਨੀਆਂ ਚਾਹੀਦੀਆਂ ਸਿਊਮੋਟੋ ਲੈ ਸਕਦੀ ਹੈ ਪਾਵਰ ਔਰ ਹਰ ਪਾਵਰ ਦੀ ਇਹਨਾਂ ਕੋਲ ਹੈ। ਇੱਕ ਗੈਂਗਰੇਪ ਹੋਇਆ ਸੀਗਾ ਜਿਹਦੇ ਸੁਪਰੀਮ ਕੋਰਟ ਨੇ ਸਿਊਮੋਟੋ ਪਾਵਰ ਐਕਸਰਸਾਈਜ਼ ਕੀਤੀ ਸੀ ਇਸੇ ਤਰ੍ਹਾਂ ਕਈ ਹੋਰ ਕੇਸ ਹੈ ਜਿਹਨਾਂ ਸੁਪਰੀਮ ਕੋਰਟ ਨੇ ਸਿਊਮੋਟੋ ਪਾਵਰ ਐਕਸਰਸਾਈਜ਼ ਕੀਤੀ ਹੈ। ਅਗਰ ਜੇ ਐਸਾ ਨਹੀਂ ਹੋਇਆ ਤਾਂ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਜਾਣੀ ਬਿਲਕੁਲ ਜਾਇਜ਼ ਹੈ ਕਿ ਅਸੀਂ ਫਸਟ ਰੇਟ ਸਿਟੀਜ਼ਨ ਨਹੀਂ ਅਸੀਂ ਸੈਕਿੰਡ ਰੇਟ ਸਿਟੀਜ਼ਨ ਮੰਨੇ ਜਾਂਦੇ ਹਾਂ ਜਿਹੜਾ ਕਿਸੇ ਤਰ੍ਹਾਂ ਵੀ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਔਰ ਇਹ ਸੋਚ ਨਹੀਂ ਪਨਪਣੀ ਚਾਹੀਦੀ ਦੇਸ਼ ਦੀ ਏਕਤਾ ਅਤੇ ਅਖੰਡਤਾ ਜਿਹੜੀ ਹੈ ਉਹ ਬਰਕਰਾਰ ਰਹਿਣੀ ਚਾਹੀਦੀ। ਚਲੋ ਬਹੁਤ ਧੰਨਵਾਦ ਸਾਰੇ ਮਾਣਾ ਦਾ ਭੱਟੀ ਸਾਹਿਬ ਤੁਹਾਡਾ ਅਵਕਾਰ ਸਾਹਿਬ ਤੁਹਾਡਾ ਅਮਿਤ ਸਾਹਿਬ ਤੁਹਾਡਾ ਕਰਨਾ ਸਿੰਘ ਬੀਰਮਾ ਤੁਹਾਡਾ ਗੁਰਪ੍ਰੀਤ ਸੰਧੂ ਹੁਣ ਸਾਡੇ ਨਾਲ ਨਹੀਂ ਹੈਗੇ ਉਹਨਾਂ ਦਾ ਵੀ ਧੰਨਵਾਦ ਖੁਸ਼ਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸੀ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਹਾਂ ਉਹ ਵੀ ਸਾਡੇ ਨਾਲ ਇਸ ਸੈਗਮੈਂਟ ਦੇ ਵਿੱਚ ਨਹੀਂ ਸ਼ਾਮਿਲ ਹੋ ਸਕੇ। ਇਹ ਚਰਚਾ ਅਸੀਂ ਕੀਤੀ ਹੈਗੀ ਆ ਰਾਜਵਾਣਾ ਨਾਲ ਕਿਹੜੀ ਰਾਜਨੀਤੀ ਹੈਗੀ ਹੈ ਅਤੇ ਰਾਜਵਾਣਾ 'ਤੇ ਹੁਣ ਰਾਜਨੀਤੀ ਕਰੇਗੀ ਕੀ? ਸਵਾਲ ਵੱਡਾ ਹੈਗਾ ਪਰ ਇਸ ਸਵਾਲ ਦਾ ਫੈਸਲਾ ਜਲਦ ਹੋ ਸਕਦਾ ਹੈ ਉਮੀਦ ਕੀਤੀ ਜਾ ਸਕਦੀ ਹੈ ਪਰ ਸਵਾਲ ਇੱਕ ਹੋਇਆ ਰਾਜਵਾਣਾ 'ਤੇ ਰਾਜਨੀਤੀ ਕਿਹੋ ਜਿਹੀ ਹੋ ਰਹੀ ਹੈ ਅਤੇ ਰਾਜਵਾਣਾ 'ਤੇ ਰਾਜਨੀਤੀ ਅੱਗੇ ਕਰੇਗੀ ਕੀ ਉਸਦਾ ਇੰਤਜ਼ਾਰ ਅਸੀਂ ਕਰ ਰਹੇ ਹਾਂ। ਬਹੁਤ ਧੰਨਵਾਦ।